ਹਾਏ ਰੱਬਾ, ਕਿੱਡਾ ਬੇਦਰਦ ਇਨਸਾਨ ਹੈ, ਮੇਰਾ ਸਿਰ ਹੀ ਬੰਨਤਾ ਸੀ। ਮੈਂ ਮੈਨੂੰ ਮਾਰ ਕੇ ਤੈਨੂੰ ਕੀ ਮਿਲੂਗਾ? ਕਿਉਂ ਲੜੀ ਜਾਂਦੇ ਹੋ? ਤੈਨੂੰ ਨਹੀਂ ਪਤਾ ਹੈਗਾ ਕਿਵੇਂ ਜਵਾਨ ਲੜੋਗੇ ਮੇਰੇ ਨਾਲ? ਬਾਬਾ ਕੁਛ ਤਾਂ ਸ਼ਰਮ ਕਰ ਲੈ ਦੇ ਕਿ ਕਿਵੇਂ ਮੇਰੀ ਮਾਂ ਦਾ ਬੁਰਾ ਹਾਲ ਕੀਤਾ ਤੂੰ। ਸ਼ਰਮ? ਇਹ ਤਾਂ ਪਾਣੀ ਮੰਗਿਆ ਸੀ, ਖਾਲੀ ਗਲਾਸ ਮਾਰਿਆ ਮੇਰੇ ਮੱਥੇ ਨੇ। ਗਗਨ ਤੇ ਅਮਨ ਕਿੱਥੇ ਭੇਜੀਆਂ? ਕੰਮ ਤੇ ਗਈਆਂ ਨੇ ਉਹ, ਤੂੰ ਤਾਂ ਨਹੀਂ ਕਿਸੇ ਕੰਮ ਨੂੰ ਹੱਥ ਲਾਉਂਦਾ ਹੈ। ਓ ਤੈਨੂੰ ਪਤਾ ਨਹੀਂ ਲੱਗਿਆ ਤੈਨੂੰ ਪਹਿਲਾਂ ਮੇਰੇ ਮਾਰਦਾ? ਮੇਰਾ ਨਾ ਤੂੰ ਹੱਥ ਮੇਰਾ ਤੇਰੇ ਤੇ ਲੱਗਦਾ ਰੁਕਦਾ, ਥੋੜੇ ਵਰਗਾ ਹੱਥ ਤੇਰਾ ਸਿਰ ਪਾੜ ਦੂੰਗਾ ਮੈਂ ਮਾਰ ਕੇ ਕੰਧ ਨਾਲ। ਬੇ ਸ਼ਰਮ ਕਰ ਭੋਰਾ ਸ਼ਰਮ। ਹਾਏ ਮੈਂ ਮਰ ਜਾਣ ਲੈ, ਦੇਖ ਲੈ ਆਹ ਬੰਦਾ ਨਹੀਂ ਸੁਧਰਦਾ ਹੈਗਾ, ਸਾਰੀ ਉਮਰ ਲੰਘ ਗਈ ਇਹਦੀ, ਕਿੱਡੀ ਆਉਂਦੇ ਹੱਲ ਚਿੱਟੀ ਚੱਕੀ, ਇਹਨੂੰ ਸੰਗ ਸ਼ਰਮ ਭੋਰਾ ਨਹੀਂ ਹੈਗੀ। ਉਹ ਲੁਤਰੋ ਤੇਰੀ ਜਿਹੜੀ ਲੁਤਰੋ ਲੱਗੀ ਹੋਈ ਨਾ, ਇਹਨੂੰ ਸੰਭਾਲ ਕੇ ਗੱਲ ਕਰਿਆ ਕਰ ਮੇਰੇ ਨਾਲ, ਆਈਡੀ ਜੀਵ ਲੈ ਜਾ, ਜੀਵ ਵੜਨੂੰ ਤੇਰੀ ਮੈਂ ਦੇਖ ਲੈ। ਵੱਡਨੂੰ ਮੈਂ ਤੈਨੂੰ ਕੀ ਬੋਲ ਪਈ, ਪਹਿਲਾਂ ਇਹ ਤਾਂ ਦੱਸ ਦੇ ਮੈਨੂੰ। ਉਹ ਮੈਂ ਤੇਰਾ ਖਾਤਮਾ, ਤੂੰ ਮੇਰੀ ਜਨਾਨੀ ਆ, ਇੱਜ਼ਤ ਨਾਲ ਬੋਲਿਆ ਕਰ। ਅੱਲ ਵਰਗੀ ਕੀ ਲੈ ਕੇ ਉਹਨਾਂ ਦਾ ਰੋਜ਼ ਆਉਂਦੀ ਹੈ, ਕਿਹੜਾ ਪਹਿਲੇ ਦਿਨ ਆ ਰਹੀ ਅੱਜ? ਇੱਜ਼ਤ ਕਰਾਉਣ ਦੇ ਲਾਇਕ ਹੈਗਾ ਪਹਿਲਾਂ ਵੀ ਮੈਂ ਤੇਰੀ ਇੱਜ਼ਤ ਕਰਾਂ? ਅੱਛਾ, ਇੱਜ਼ਤ ਕਰਾਉਣ ਦੇ ਲਾਇਕ ਕਿਹੜੀ ਚੀਜ਼ ਨਹੀਂ ਤੁਹਾਨੂੰ ਦਿੱਤੀ ਜਿਹੜੀ ਅੱਜ ਤੱਕ, ਕਿ ਤੇਰੇ ਸਾਰੇ ਸੌਕ ਪੂਰੇ ਨੇ? ਜੇ ਹੁਣ ਪਰ ਇਹ ਹੁਣ ਜਦੋਂ ਤੂੰ ਨਹੀਂ ਮੇਰੇ ਸਾਰ ਲੈਂਦੀ, ਇਹੀ ਲਊ ਫਿਰ ਸਾਰ ਮੇਰੀ ਤਾਂ ਦਾਰੂ। ਕਿਹੜੇ ਸ਼ੌਕ ਪੂਰਤੇ ਤੈਂ? ਬੇ ਤੂੰ ਤਾਂ ਕਦੇ ਐ ਨਹੀਂ ਸਾਰ ਲਈ ਵੀ ਕੀ ਖਾ ਲਿਆ ਕੀ ਪੀ ਲਿਆ, ਲੋਕਾਂ ਦੇ ਤਾਂ ਅਸੀਂ ਕੰਮ ਕਰ ਕਰਕੇ ਬੇੜਾ ਪੂਰਾ ਕਰਦੇ ਆ, ਹੈ ਤੈਨੂੰ ਹੈ ਸੋਚ ਫਿਕਰ? ਧੀਆਂ ਤੇਰੀਆਂ ਕੋਠੇ ਜਿੱਡੀ ਟੱਪੀ ਪਈਆਂ। ਅਸਲ ਜਨਾਨੀ ਪਤਾ ਕਿਹੜੀ ਹੁੰਦੀ ਹੈ, ਜਿਹੜੀ ਮਾੜੇ ਟਾਈਮ 'ਚ ਆਪਦੇ ਖਸਮ ਦਾ ਸਾਥ ਦੇਵੇ। ਆ ਤੇਰੀ ਜ਼ਬਾਨ ਤਾਂ ਐਡੀ ਚੱਲਦੀ ਆ, ਮਾਰ ਕੇ ਨਾ ਥਾਪੜਾ ਗੁੱਤ ਨਹੀਂ ਭਾਣੂ ਤੇਰੀ, ਦੇਖ ਲਾ ਮੈਂ। ਤੂੰ ਮੈਨੂੰ ਐਂ ਤਾਂ ਦੱਸ ਦੇ ਮਾੜੇ ਟਾਈਮ 'ਚ ਮੈਂ ਕਦੋਂ ਛੱਡ ਦੇ? ਤੂੰ ਮੇਰੇ ਮੂਹਰੇ ਲੈਕਚਰ ਨਾ ਦੇ, ਪਹਿਲਾਂ ਤਾਂ ਗਲਾਸ ਲਿਆ ਜਾ ਕੇ। ਨਾ ਤੂੰ ਦੇਖ ਤਾਂ ਲੈਂਦਾ ਹਜੇ ਕਿੱਡਾ ਦਿਨ ਖੜੇਗਾ। ਤੂੰ ਗਲਾਸ ਗਲਾਸ ਲਿਆ ਜਿਹੜੀ ਮੈਂ ਤੈਨੂੰ ਗੱਲ ਕਹੀ ਪੰਜਾਬੀ 'ਚ, ਗਲਾਸ ਲਿਆ ਜਾ ਕੇ। ਲਿਆ ਤੈਨੂੰ ਗਲਾਸ ਜਾਣੂਗੀ, ਮੋਰਚਾ ਜਿੱਤ ਕੇ ਆਇਆ। ਆਹੋ ਮੋਰਚਾ ਜਿੱਤ ਕੇ ਆਇਆ, ਗਲਾਸ ਲਿਆ ਮੈਂ ਤਾਂ ਤੂੰ ਨਹੀਂ ਗੁੱਤ ਨਹੀਂ ਪੱਟ ਨੂੰ ਦੇਖ ਲਾ ਮੈਂ। ਇਹ ਬੰਦਾ ਨਹੀਂ ਸੁਧਰਦਾ ਹੈਗਾ, ਖਾ ਲਈ ਜਾਣ, ਕਿੱਥੋਂ ਮੇਰੇ ਕਰਮਾਂ 'ਚ ਧਰਿਆ ਪਿਆ ਸੀ। ਤੈਨੂੰ ਘਰ ਦੀ ਭੋਰਾ ਸੋਚ ਫਿਕਰ ਨਹੀਂ ਹੈਗੀ ਵੀ ਮੇਰੇ ਜਵਾਕਾਂ ਦਾ ਕੀ ਬਣੂਗਾ ਤੇ ਕੀ ਨਾ। ਐਡੀ ਬੈਦਲ ਜਨਾਨੀ ਹੈ, ਅੱਧਾ ਘੰਟਾ ਹੋ ਗਿਆ, ਗਲਾਸ ਪਤਾ ਨਹੀਂ ਕਦੇ ਕੈਨੇਡਾ ਤੋਂ ਲੈਣ ਗਈ ਆ, ਹਲੇ ਤੱਕ ਨਹੀਂ ਬੋੜੀ ਹੈਗੀ ਇਹਦੀ, ਪੜਦਾ ਗੁੱਤ ਨਹੀਂ ਆਉਣ ਦੇ, ਆਉਣ ਦੇ। ਹਾਂ ਲੈ ਫੜ ਲੈ ਇਹ ਗਲਾਸ, ਖਾਲੀ ਨਾ ਹੋਣਾ ਚਾਹੀਦਾ ਮੈਂ ਗਲਾਸ। ਤੇ ਗਲਾਸ ਮੰਗਾਇਆ ਸੀ ਮੈਂ, ਗਲਾਸ ਲਿਆ ਕੇ ਦੇ। ਉਹ ਫਿਰ ਗਲਾਸ 'ਚ ਦਾਰੂ ਪਾਉਂਦਾ ਨਾਲ ਪਾਣੀ ਵੀ ਜ਼ਰੂਰੀ ਹੈ। ਪਰ ਹੁਣ ਮੈਨੂੰ ਕੀ ਪਤਾ ਹੈਗਾ ਕੀ ਜ਼ਰੂਰੀ ਹੈ ਤੇ ਕੀ ਨਹੀਂ। ਸੌਖ ਤਾਂ ਮੈਨੂੰ ਕਰਨਾ ਭੁੱਲ ਗਿਆ ਤੈਨੂੰ ਜਮੀ। ਹਾਏ ਰੱਬਾ, ਕਿੱਡਾ ਬੇਦਰਦ ਇਨਸਾਨ ਹੈ, ਮੇਰਾ ਸਿਰ ਹੀ ਬੰਨਤਾ ਸੀ। ਮੈਂ ਮੈਨੂੰ ਮਾਰ ਕੇ ਤੈਨੂੰ ਕੀ ਮਿਲੂਗਾ? ਹਾਂ ਰਾਜ, ਕੀ ਹੋ ਗਿਆ? ਭੱਜ ਗਿਆ ਵੀ ਮੇਰੇ ਨਾਲ ਬਾਪੂ ਮੰਮੀ ਨੂੰ ਕੁੱਟੀ। ਹਾਏ ਕੀ ਹੋ ਗਿਆ, ਛੇਤੀ ਚੱਲ। ਦੇਖ ਕੇ ਮੈਂ ਮਗਰ ਮਾ ਸੜੇ ਹੰਝੂ ਭਾਉਣ ਲੱਗੀ ਹੈ। ਹਾਏ ਕੀ ਹੋ ਗਿਆ, ਕੀ ਹੋ ਗਿਆ ਬਾਪੂ, ਕਿਉਂ ਲੜੀ ਜਾਂਦੇ ਹੋ? ਤੈਨੂੰ ਨਹੀਂ ਪਤਾ ਹੈਗਾ ਕਿਵੇਂ ਜਵਾਨ ਲੜੋਗੇ ਮੇਰੇ ਨਾਲ? ਬਾਪਾ ਕੁਛ ਤਾਂ ਸ਼ਰਮ ਕਰ ਲੈ ਦੇ ਕਿ ਕਿਵੇਂ ਮੇਰੀ ਮਾਂ ਦਾ ਬੁਰਾ ਹਾਲ ਕੀਤਾ ਤੂੰ। ਸ਼ਰਮ? ਇਹ ਤਾਂ ਪਾਣੀ ਮੰਗਿਆ ਸੀ, ਖਾਲੀ ਗਲਾਸ ਮਾਰਿਆ ਮੇਰੇ ਮੱਥੇ ਨੇ।
ਬਾਪੂ ਕਿਉਂ ਸਾਡੀ ਜ਼ਿੰਦਗੀ ਖਰਾਬ ਕਰੀਏ ਸੋਨੇ ਨਾਲ, ਪਹਿਲਾਂ ਸਾਨੂੰ ਪੜ੍ਹਨ ਵੀ ਨਹੀਂ ਲਾਇਆ ਹੈਗਾ ਸੀ, ਜਿਹੜੇ ਦੋ ਪੈਸੇ ਕਮਾ ਕੇ ਲਿਆਉਣੇ ਲੋਕਾਂ ਦੇ ਘਰਾਂ ਚੋਂ ਵੀ ਦੁਨੀਆ ਬਣਾ ਦਿੰਦੇ ਹੋ। ਉਹ ਪਹਿਲਾਂ ਦੀ ਜ਼ਬਾਨ ਤਾਂ ਬੰਦ ਕਰੋ, ਜਿਹੜੀ ਗੱਠਣ ਵੀ ਹੈ ਪਾਣੀ ਮੰਗਦਾ ਦੀ, ਹੋਰ ਕੀ ਜਾਨ ਮੰਗ ਲਈ ਤੇਰੀ ਮਨੇ। ਜੇ ਤੁਸੀਂ ਇਹੋ ਜਿਹੇ ਐਡੀ ਦੂਰੋਂ ਦਾਰੂ ਲੈ ਕੇ ਆ ਕੇ ਤੁਸੀਂ ਪਾਣੀ ਵੀ ਤਾਂ ਪੀ ਸਕਦੇ ਸੀ। ਉਹ ਤੂੰ ਚੁੱਪ ਕਰ ਜੋ, ਕਿਉਂ ਇਹਦੇ ਨਾਲ ਬੋਲਦੇ ਹੋ? ਇਹ ਤਾਂ ਹੈਜੀ ਹੈਜਾ ਹੈਗਾ। ਨਾਲੇ ਮੇਰੀ ਬੰਦਿਆਂ ਵਾਂਗੂ ਗੱਲ ਸੁਣ ਲੈ, ਮੰਗਦੇ ਬੱਚੇ ਤਾਂ ਪਹਿਲਾਂ ਤਾਂ ਕਮਾ ਕੇ ਲਿਆਉਂਦੀ ਮੈਂ, ਮੈਂ ਹੁਣ ਪੈਸੇ ਮੈਨੂੰ ਲਿਆ ਕੇ ਦੇ ਜਿੱਥੇ ਮਰਜ਼ੀ ਗੋਹਾ ਕੂੜਾ ਕਰ ਆਵਦਾ। ਬਾਪੂ ਅਸੀਂ ਕਿੱਥੋਂ ਲਿਆ ਕੇ ਦਈਏ ਪੈਸੇ? ਅਸੀਂ ਜਿਹੜੇ ਲਿਆਉਣੇ ਆ ਘਰ ਦਾ ਖਰਚਾ ਹੀ ਮਸਾ ਹੁੰਦਾਗਾ। ਓਏ ਹੁਣ ਤੱਕ ਤੁਹਾਨੂੰ ਪਾਲਦੇ ਆ, ਤੁਹਾਡਾ ਫਰਜ਼ ਨਹੀਂ ਹੈਗਾ ਜੇ ਮੈਂ 2 ਮਿੰਟ ਪੀ ਲਈ ਕੁੱਟ ਇਹਦੇ ਚੱਤਰ ਕਰਨ ਲੱਗ ਜਾਂਦੀ ਹੈ ਜਨਾਨੀ। ਫਰਜ਼ ਤੈਨੂੰ ਕਿੱਥੋਂ ਯਾਦ ਨੇਗੇ? ਜੇ ਤੈਨੂੰ ਫਰਜ਼ ਯਾਦ ਹੁੰਦੇ ਨਾ ਤਾਂ ਅੱਜ ਨੂੰ ਧੀਆਂ ਨੂੰ ਤੁਸੀਂ ਬਾਹਰ ਵਗ ਜਾਓ ਬਾਹਰ, ਇਹਦਾ ਤਾਂ ਮੈਂ ਥੋੜਾ ਪਾਉਣਾ। ਅੱਜ ਤਾਂ ਇਹ 2 ਪਈਆਂ ਨੇ, 4 ਲਾਉਂਗੇ ਤੇ ਕੱਲ ਨੂੰ। ਨਾ ਬਾਬਾ ਮਾਰੀ, ਆ ਜਾ ਮਾਂ ਤੂੰ ਬਾਹਰ ਆ ਜਾ, ਕੋਈ ਨਾ ਬੋਲੀ ਜਾਣ ਦੇ ਪਿੱਤੀ। ਕੋਈ ਗੱਲ ਨਹੀਂ, ਕਿੰਨਾ ਕੁ ਟਾਈਮ ਬਚਾ ਲੈਣਗੇ ਤੈਨੂੰ ਇਹ, ਤੇਰਾ ਤਾਂ ਥੋੜਾ ਚੰਗੀ ਤੇਰੀ ਪਾਉਂ ਕਰ ਲੂੰਗਾ। ਹਾਂ ਆਈ ਤੂੰ ਇੱਥੇ, ਅੜੀ ਨੇ ਖਾਲੀ ਮਾਰਿਆ ਗਲਾਸ ਮੇਰੇ ਮੱਥੇ, ਖਾਸਮਾ ਖੀਰ ਨੂੰ ਤੇਰਾ ਸਿਰ ਦਾ ਸਾਈ ਆ, ਪਤਾ ਲਾਉਣ ਦੇ ਜਿਹੜੀ ਲੱਗੀ ਹੋਈ ਤੇ ਉਹ ਵੀ ਉਤਰ ਗਈ। ਆ ਜਾ ਮਾਂ ਤੂੰ ਇੱਥੇ, ਹੁਣ ਕੋਈ ਨਾ ਆਪਣੇ ਦੀ ਜਿਹੜੀ ਕਿਸਮਤ ਆ। ਰਾਜੂ ਤੁਸੀਂ ਉਹਨਾਂ ਨਾਲ ਕਿਉਂ ਬੋਲਦੇ? ਮੈਂ ਮੰਜਾ ਡੋਗੇ ਜਦੋਂ ਤੁਹਾਨੂੰ ਪਤਾ ਕਿ ਤੁਹਾਡੇ ਮਾਰਦੇ ਆਗੇ। ਪੁੱਤ ਮੈਂ ਕਿੱਥੋਂ ਬੋਲਦੀ ਸੀਗੀ, ਤੁਹਾਨੂੰ ਪਤਾ ਤਾਂ ਹੈਗਾ ਹੀ ਹੈ ਤੁਹਾਡੇ ਪਿਓ ਦੇ ਸੁਭਾਅ ਦਾ। ਮੰਮੀ ਤੂੰ ਬੈਠ, ਮੈਂ ਪਾਣੀ ਲੈ ਕੇ ਆਉਣੀ ਤੇਰੇ ਵਾਸਤੇ। ਕੀ ਹੋ ਗਿਆ ਸੀਗਾ ਐਨੇ ਕਾ ਤੂੰ ਮਾਰਨ ਲੱਗ ਗਿਆ? ਕੁਛ ਨਹੀਂ ਪੁੱਤ, ਹਾਂ ਮੂੰਹ ਤਾਂ ਪੀ ਲੈਂਦਾ ਤੇ ਆਵਾ ਤਾਵਾ ਬੋਲੀ ਜਾਂਦਾ, ਉਹਨੂੰ ਕਿਸੇ ਦੀ ਸੋਚ ਫਿਕਰ ਤਾਂ ਹੈ ਹੀ ਨੀਗੀ। ਕੋਈ ਨਾ, ਉਹਨੇ ਤਾਂ ਸਾਡੀ ਵੀ ਜ਼ਿੰਦਗੀ ਖਰਾਬ ਕਰਤੀ। ਪੁੱਤ ਤੁਸੀਂ ਨਾ ਇੰਨੀ ਟੈਨਸ਼ਨ ਲਓ, ਮੈਂ ਤਾਂ ਵੇਲਾ ਕੱਢੀ ਜਾਂਦੀ ਹਾਂ। ਅਲੇ ਮੰਮੀ ਪਾਣੀ ਪੀ ਲਾ ਪਹਿਲਾਂ। ਵਾਲੀ ਤਾਂ ਨਹੀਂ ਭੱਜੀ ਸਾਡੇ ਸਿਰ ਤੇ? ਨਾ ਪੁੱਤ ਹੁਣ ਤਾਂ ਮੈਂ ਠੀਕ ਹਾਂ, ਬਚਤ ਰਹੇਗੀ ਹਲੇ ਵੀ। ਚੱਲ ਬਚਤ ਰਹੇ, ਕੀ ਕਰੀਏ ਮੰਮੀ ਬਾਪੂ ਦਾ, ਰੋਜ਼ ਦਾ ਹੀ ਕੰਮ ਹੋ ਗਿਆ ਇਹਦਾ ਤਾਂ। ਬਸ ਪੁੱਤ ਅੱਧੀ ਲੰਘ ਗਈ, ਅੱਧੀ ਰਹਿ ਗਈ, ਬਥੇਰਾ ਹੁਣ ਟਿਕਰ ਕੱਟਿਆ ਮੈਂ ਉਹਦੇ ਨਾਲ, ਕੱਟੀ ਹੋ ਜਾਂਦੀ ਹਾਂ ਅੱਗੇ ਵੀ। ਚੱਲ ਮੈਂ ਕੋਈ ਨਾ, ਤੂੰ ਟੈਨਸ਼ਨ ਨਾ ਲਿਆ ਸੀ, ਹੈਗੇ ਨਾ ਤੇਰੇ ਨਾਲ ਕੋਈ ਨਹੀਂ। ਪਤਾ ਨਹੀਂ ਇੰਨੀ ਕਿਉਂ ਹੌਲੀ ਕਿਸਮਤ ਲਿਖਤੀ ਰੱਬ ਨੇ ਮੇਰੀ, ਮੇਰੇ ਕਰਮਾਂ 'ਚ ਇਹੋ ਜਿਹਾ ਧਰਿਆ ਪਿਆ ਤੀ, ਹਜੇ ਅੱਗੇ ਪਤਾ ਨਹੀਂ ਹੋਰ ਕੀ ਕੁਛ ਕਰੂਗਾ। ਚੱਲ ਕੋਈ ਨਾ, ਜਿਹੜੀ ਕਿਸਮਤ 'ਚ ਰੱਬ ਨੇ ਲਿਖੀ ਆ ਹੋਈ ਜਾਂਦੀ ਆਪਣੇ ਨਾਲ। ਪੁੱਤ ਮੈਂ ਤਾਂ ਤੁਹਾਡੀ ਵੀ ਪੜ੍ਹਾਈ ਲਿਖਾਈ ਛਡਾ ਤੀ, ਜੀ ਤਾਂ ਬਥੇਰਾ ਕਰਦਾ ਸੀ ਵੀ ਤੁਹਾਨੂੰ ਪੜ੍ਹਾ ਲਿਖਾ ਕੇ ਕੋਈ ਨੌਕਰੀ 'ਤੇ ਲਾ ਦਾ, ਤੁਸੀਂ ਆਪਦੇ ਪੈਰਾਂ 'ਤੇ ਖੜੇ ਹੋ ਜਾਓ। ਚੱਲ ਕੋਈ ਨਾ, ਮੈਂ ਤਾਂ ਤੇਰਾ ਕੀ ਕਸੂਰ ਆ, ਜਦ ਤੂੰ ਜਿੰਨਾ ਕੁ ਤੇਰੇ ਤੋਂ ਹੋਇਆ ਤੂੰ ਸਾਨੂੰ ਪੜ੍ਹਾ ਤਾ। ਹੁਣ ਗਗਨ ਪੜ੍ਹੇ ਲਿਖੇ ਜਵਾਕ ਨੂੰ ਇੱਦਾਂ ਹੁੰਦਾ ਪੁੱਤ, ਜਦੋਂ ਉਹਦੇ ਪੈਰਾਂ 'ਤੇ ਖੜਾ ਹੋ ਜਾਏ ਨਾ, ਐਂ ਹੁੰਦਾ ਵੀ ਚੱਲ ਵਧੀਆ ਘਰ ਬਾਰ ਮਿਲ ਜਾਂਦਾ। ਉਹ ਗੱਲ ਤਾਂ ਮੰਮੀ ਤੁਹਾਡੀ ਸਹੀ ਹੈ, ਪਰ ਹੁਣ ਕੀ ਕਰੀਏ ਨਾ, ਜਦੋਂ ਹੈ ਹੀ ਨਹੀਂ ਕੁਛ, ਹੁਣ ਆਪਦਾ ਗੁਜ਼ਾਰਾ ਹੀ ਆਪਣਾ ਮਸਾਂ ਹੁੰਦਾ। ਪੜ੍ਹਾਈ ਲਿਖਾਈ ਦਾ ਮੁੱਲ ਤਾਂ ਬਹੁਤ ਹੈ, ਪਰ ਹੁਣ ਮੇਰੇ ਸਾਰੇ ਨਹੀਂ ਹੈਗਾ। ਜੀ ਤਾਂ ਸਾਡਾ ਬਹੁਤ ਕਰਦਾ ਸੀ ਪੜ੍ਹਨ, ਹਾਲਾਤਾਂ ਸਾਹਮਣੇ ਹਾਰ ਗਏ ਸੀ। ਇੱਦਾਂ ਜਿੱਦਾਂ ਦੀ ਵੀ ਮੈਂ ਆਈਆਂ ਨਾ, ਇਹਦੇ ਤਾਂ ਇਹੀ ਹਾਲ ਨੇ, ਸਾਨੂੰ ਕੀ ਪਤਾ ਹੁਣ ਮੈਂ ਕਿਹੜੇ ਲੁੱਟ ਪਾ ਲਿਆ ਸਾਨੂੰ। ਚਲੋ ਕੋਈ ਨਾ ਮਾਂ, ਤੁਸੀਂ ਟੈਨਸ਼ਨ ਨਾ ਲਓ। ਕੋਈ ਨਾ ਮੰਮੀ, ਮੈਂ ਤੇਰੇ ਨਾਲ ਤੇਰੀ ਕਰਾਇਆ ਕਰੂੰ ਮੱਧ, ਠੀਕ ਹੈ? ਆਪਾਂ ਦੋਨੇ ਇਕੱਠੀਆਂ ਕੰਮ ਕਰ ਲਾਂਗੇ। ਸਾਡੇ ਤੋਂ ਤੇਰਾ ਦੁੱਖ ਦੇਖਿਆ ਨੀ ਜਾਂਦਾ ਹੈਗਾ ਬਾਪੂ ਨੂੰ, ਤਾਂ ਨਹੀਂ ਆਉਂਦੀ ਕੋਈ। ਕੋਈ ਗੱਲ ਨੀ ਪੁੱਤ, ਫੇਰ ਕੀ ਹੋ ਗਿਆ, ਹੋਰ ਕਿਹੜਾ ਕਰਦੀਆਂ ਨੀ ਹੈਗੀਆਂ, ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈਗਾ। ਨਾਲੇ ਤੁਸੀਂ ਫਿਕਰ ਨਾ ਕਰੋ, ਮੈਂ ਠੀਕ ਹਾਂ ਨਾ? ਨਹੀਂ ਨਹੀਂ ਮਾਂ, ਮੈਂ ਤੇਰੇ ਨਾਲ ਜਾਊਂਗੀ ਸਵੇਰੇ, ਤੂੰ ਜਿੱਥੇ ਕੰਮ ਕਰਨ ਜਾਣਾ ਨਾਲ ਚੱਲਿਆ ਕਰੂੰਗੀ ਨਾ। ਕੋਈ ਗੱਲ ਨਹੀਂ,
ਤੂੰ ਘਰੇ ਰਹੀ ਆ ਮਨਾ, ਮੈਂ ਤੇ ਮੰਮੀ ਜਾਇਆ ਕਰਾਂਗੇ, ਤੂੰ ਘਰੇ ਰਿਹਾ ਕਰੀ। ਬਾਪੂ ਦਾ ਵੀ ਤੈਨੂੰ ਪਤਾ ਨਹੀਂ ਤਾਂ ਕਦੋਂ ਆ ਜੇ, ਕਦੋਂ ਬੋਲਣ ਲੱਗ ਜੇ, ਅਸੀਂ ਦੋਨੇ ਵਗ ਜਾ ਕਰਾਂਗੇ ਕੰਮ 'ਤੇ। ਕੋਈ ਨਾ ਮਾਂ ਤੂੰ ਟੈਨਸ਼ਨ ਨਾ ਲੈ, ਅਤੇ ਮੈਂ ਤੇਰੇ ਨਾਲ ਚੱਲੂੰਗੀ ਸਵੇਰੇ ਕੰਮ 'ਤੇ। ਇਹ ਤਾਂ ਸ਼ੁਕਰ ਹੈ ਰੱਬ ਦਾ ਕਿ ਮੈਨੂੰ 30 ਤਾਂ ਵਧੀਆ ਦੇ ਤੀਆਂ। ਕੋਈ ਨਾ ਮਾਂ ਤੂੰ ਟੈਨਸ਼ਨ ਲੈ, ਕਦੀਆਂ ਦੇ ਤੀਆਂ। ਬਸ ਪੁੱਤ ਕਦੇ ਵੀ ਨੀਵੀਂ ਨਾ ਪਵਾ ਦਿਓ ਮੇਰੀ। ਨਾ ਮਾਂ ਨਹੀਂ, ਮੇਰੇ 'ਤੇ ਦੋਸ਼ ਆ ਜੂਗਾ। ਇਹ ਗੱਲ ਤਾਂ ਤੂੰ ਕਦੇ ਵੀ ਨਾ ਸੋਚ, ਅਸੀਂ ਇਹ ਤਾਂ ਸੁਪਨੇ 'ਚ ਵੀ ਨਹੀਂ ਸੋਚ ਸਕਦੇ। ਬਸ ਇਸ ਗੱਲ ਦਾ ਧਿਆਨ ਰੱਖੀਓ ਚੰਗਾ ਧੀ। ਹਾਂ ਮਾਂ, ਤੁਹਾਨੂੰ ਪਤਾ ਹੀ ਹੈ ਠੀਕ ਟਾਈਮ ਕਿੱਦਾਂ ਦੇ ਚੱਲ ਰਹੇ ਨੇ। ਬਾਪੂ ਬੋਲ ਮਾਰੀ ਜਾਂਦਾ, ਮੈਂ ਚਾਹੁੰਦੀ ਹਾਂ ਸੁਣਦੀ ਹਾਂ ਕੀ ਕਹਿੰਦਾ। ਤੁਸੀਂ ਪੁੱਛ ਲੈ ਪੁੱਤ। ਚਲੋ ਠੀਕ ਆ ਮਾਂ, ਆਰਾਮ ਕਰ ਲਓ, ਚਲ ਮੈਂ ਦੀਦੀ ਨਾਲ ਕੰਮ ਕਰਵਾ ਦਾਂ। ਚੰਗਾ ਠੀਕ। ਚੱਲ ਇਹ ਤਾਂ ਬਣ ਗਿਆ, ਜਿਹੜਾ ਰਹਿ ਗਿਆ ਜਵਾਕ ਹੈਗੇ ਨੇ ਘਰੇ, ਇਹ ਕਰ ਲੈਣਗੇ। ਗਗਨ ਪੁੱਤ ਚੰਗਾ ਪੁੱਤ, ਮੈਂ ਚੱਲਦੀ ਹਾਂ, ਤੁਸੀਂ ਧਿਆਨ ਰੱਖਿਓ। ਨਾ ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ, ਆਪਾਂ ਦੋਨੇ ਚੱਲਦੇ ਹਾਂ। ਚਲੋ ਪੁੱਤ, ਤੂੰ ਕੀ ਕਰੇਂਗੀ ਉੱਥੇ ਪਾਗਲ? ਨਾ ਨਾ ਆਪਾਂ ਚੱਲਦੇ ਹਾਂ ਦੋਨੇ ਹੀ ਨੇ, ਤੁਸੀਂ ਆਓ। ਨਹੀਂ ਦੀਦੀ, ਮੈਂ ਵੀ ਤੁਹਾਡੇ ਨਾਲ ਚੱਲੂੰਗੀ। ਨਹੀਂ ਤੂੰ ਰਹਿ, ਅਸੀਂ ਜਾਂਦੇ ਦੋਨੇ, ਤੂੰ ਘਰੇ ਕਰ ਲਈ। ਮੰਮੀ ਤੁਸੀਂ ਘਰੇ ਰਹੋ, ਤੁਸੀਂ ਰੈਸਟ ਕਰ ਲਓ, ਤੁਹਾਡੀ ਸੱਟ ਲੱਗੀ ਹੈ। ਪੁੱਤ ਕੋਈ ਨਾ, ਮੈਂ ਠੀਕ ਹਾਂ। ਮੈਂ ਤਾਂ ਦੁਆਈ ਨੂੰ ਵੀ ਕਹਿੰਦੀ ਹਾਂ ਵੀ ਚੱਲ ਤੂੰ ਭੈਣ ਕੋਲੇ ਰਹਿ, ਤੁਸੀਂ ਦੋਵੇਂ ਘਰੇ ਰਹੋ, ਮੈਂ ਜਾ ਕੇ। ਕੋਈ ਨਾ ਮੰਮੀ, ਅਸੀਂ ਦੋਨੇ ਭੈਣਾਂ ਵਗ ਜਾਂਦੇ, ਅਸੀਂ ਕਰੇ ਆਉਂਦੇ। ਪੁੱਤ ਤੂੰ ਘਰੇ ਵੀ ਕੰਮ ਪਏ ਨੇਗੇ, ਇਹਨਾਂ ਨੂੰ ਕੌਣ ਨਿਬੇੜੂਗਾ? ਹਾਂ ਘਰੇ ਵੀ ਕੌਣ ਕਰੂਗਾ ਆਪਣੀ, ਮੈਂ ਤੇ ਮੰਮੀ ਕਰੇ ਹੋ ਨਹੀਂ ਉਹਨਾਂ ਦੇ ਜਾਗਾਂ ਮੁੱਤੇ, ਤੂੰ ਆਪਣੇ। ਇਹਦਾ ਤਾਂ ਤੈਨੂੰ ਪਤਾ ਹੀ ਹੈ ਨਾ ਕਿੰਨੀ ਜਿੱਦੀ ਹੈ, ਇਹ ਤਾਂ ਨਹੀਂ ਹਟਦੀ। ਚੱਲ ਆ ਜਾ, ਤੇ ਬਾਪੂ ਆਊਗਾ ਜਦੋਂ, ਰੋਟੀ ਪਾਣੀ ਦੇ, ਤੈਨੂੰ ਪਤਾ ਬੋਲਣ ਲੱਗ ਜਾਂਦਾ ਫਿਰ। ਆ ਜਾ ਮਾਂ। ਤੇ ਬੋਲੀ ਨਾ ਪੁੱਤ, ਜਮਣਾ ਮੋਟਾ ਕੁਝ ਬੋਲਣ ਲੱਗ ਜਾ। ਚੰਗਾ ਹਾਂ, ਚਾਹ ਬਣਾ ਦੀ ਉਹਨੂੰ ਤੇ ਰੋਟੀ ਪਕਾ ਦੇ। ਤੇਰੇ ਵਰਗੀ ਜਵਾਕੜੀ ਤਾਂ ਕਾਲਜ ਜਾਂਦੀਆਂ ਨੇ। ਕੋਈ ਨਾ ਮਾਂ, ਤੂੰ ਐਵੇਂ ਨਾ ਕਿਹਾ ਕਰ, ਜੇ ਤੇਰਾ ਹੱਥ ਪਟਾ ਦਾਂਗੇ ਫਿਰ ਕੀ, ਅਸੀਂ ਘੱਸ ਜਾਂਗੇ। ਧੁੱਪ ਚੜ ਗਈ ਹੋਰ ਮਾਂ, ਧੁੱਪ ਦਾ ਪੁੱਛਣਾ। ਆ ਤੇਰੇ ਪਿਓ ਨੂੰ ਤਾਂ ਭੋਰਾ ਸੋਚ ਨਹੀਂ ਹੈਗਾ। ਕਿੰਨੀ ਸਿੰਪਲ ਕੁੜੀ ਆ ਯਾਰ, ਹੈ ਬਾਹਲੀ ਘੈਂਟ ਲੱਗੀ ਦਿਲ ਨੂੰ, ਪਰ ਹੈਗੀ ਤਾਂ ਗਰੀਬ ਘਰ ਦੀ ਹੈ, ਪਰ ਉਹ ਜੇ ਗੱਲ ਗੁੱਲ ਬਣ ਜੇ ਨਾ ਵਧੀਆ ਲੱਗੀ ਮੈਨੂੰ। ਮੈਨੂੰ ਲੱਗਦਾ ਰੋਜ਼ ਹੀ ਲੰਘਦੀ ਔਰ ਦੀ, ਮੈਂ ਇੰਨੇ ਪਰ ਪਹਿਲੀ ਵਾਰ ਦੇਖੀ ਉਰੇ। ਚੱਲ ਕੋਈ ਨਹੀਂ, ਗੱਲ ਕਰਕੇ ਦੇਖਦੇ ਇਹਦੇ ਨਾਲ। ਉਹ ਸੱਚ ਬਾਪੂ ਵੀ ਡੀਕਦਾ ਹੋਣਾ ਘਰੇ, ਕਿਤੇ ਇਹਦੇ ਚੱਕਰਾਂ 'ਚ ਉਰੇ ਬੈਠੇ ਰਹੀਏ। ਚੱਲ ਕੱਲ੍ਹ ਨੂੰ ਦੇਖਦੇ ਹਾਂ ਤਾਂ। ਮੰਮੀ ਠੀਕ ਹੋ ਨਾ? ਹਾਂ ਪੁੱਤ, ਪੈ ਜਾਓ ਕੋਈ ਨਾ ਪਾਓ ਤੁਸੀਂ। ਚਲ ਕੋਈ ਨਾ ਪੁੱਤ, ਪਹਿਲਾਂ ਨਾਲੋਂ ਤਾਂ ਫਰਕ ਹੈ ਹੁਣ ਤਾਂ। ਫਰਕ ਆ? ਹਾਂ, ਮੈਂ ਕਹਿੰਦੀ ਸੀ ਮਹਾ ਤੁਸੀਂ ਤਾਂ ਬਿਮਾਰ ਹੋ ਰਹੇ, ਮੈਂ ਜਾਂਦੀ ਸੀ ਉਹਨਾਂ ਦੇ ਕੰਮ ਕਰੇ ਆਉਂਦੀ ਹਾਂ, ਮੈਂ ਟਾਈਮ ਵੀ ਕਿੰਨਾ ਹੋ ਗਿਆ। ਨਾ ਪੁੱਤ, ਔਖੀ ਸੌਖੀ ਮੈਂ ਆਪ ਹੀ ਕਰ ਆਉਂਗੀ, ਤੂੰ ਕਿੱਥੇ ਜਾਵੇਂਗੀ? ਕੋਈ ਨਾ ਮੈਂ ਕਰੇ ਆਉਂਗੀ, ਤੁਸੀਂ ਤਾਂ ਤੁਰ ਤਾਂ ਖੜਾ ਤਾਂ ਚੰਗੀ ਤਰ੍ਹਾਂ ਹੋ ਨਹੀਂ ਜਾਂਦਾ। ਚੱਲ ਕੋਈ ਨਾ ਪੁੱਤ, ਬਿੰਚਟ ਮੈਨੂੰ ਆਰਾਮ ਕਰ ਲੈਂਦੇ, ਫਿਰ ਮੈਂ ਚਲੀ ਜਾਊਂਗੀ। ਤੁਸੀਂ ਪੋ, ਮੈਂ ਕਰਕੇ ਆ ਜੂਗੀ। ਮੰਨਦੀ ਨਹੀਂ ਹੈਗੀ ਹੈ? ਕੋਈ ਨਾ ਕਰੇ ਆਉਂਗੀ। ਫਿਰ ਗੱਲ ਸੁਣ ਮੇਰੀ, ਤੂੰ ਕੱਲੀ ਨਾ ਜਾਈ, ਆ ਛੋਟੀ ਨੂੰ ਨਾਲ ਲੈ ਜਾਈ। ਤੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ? ਪੁੱਤ ਭਰੋਸਾ ਤਾਂ ਹੈ ਮੈਨੂੰ ਆਪਦੀ ਧੀ ਤੇ, ਪਰ ਫਿਰ ਵੀ ਆ ਟਾਈਮ ਦੇਖ ਲੈ ਕਿੱਦਾਂ ਦੇ ਆ ਰਹੇ। ਪੁੱਤ ਗੱਲ ਸੁਣ ਮੇਰੀ ਨਾ, ਤੈਂ ਕਿਹੜਾ ਉਹ ਗੋਦੀ ਚੱਕਣੀ ਵੀ ਤੈਨੂੰ ਭਾਰ ਲੱਗ ਜੂਗਾ, ਤੁਰੀ ਹੋ ਜਾਊਗੀ ਤੇਰੇ ਨਾਲ। ਮੰਮੀ ਗੋਦੀ ਤੇ ਨਹੀਂ ਚੱਕਣੀ, ਮੈਂ ਤਾਂ ਕਹਿੰਦੀ ਸੀ ਕਿੱਧਰ ਵਿਚਾਰੀ ਗਰਮੀ ਚ ਆਪਣੇ ਨਾਲ ਲਟਾਪਿੰਗ ਹੁੰਦੀ ਜਾਊਗੀ। ਮੇਰੀ ਗੱਲ ਨਾ ਮੰਨੀ ਤੂੰ,
ਚੁੱਪ ਕਰਕੇ ਨਾ ਉਹਨੂੰ ਛੋਟੀ ਨੂੰ ਨਾਲ ਲੈ ਜਾ, ਜੇ ਤਾਂ ਜਾਣਾ ਕੰਮ ਤੇ, ਨਹੀਂ ਚੁੱਪ ਕਰਕੇ ਘਰੇ ਰਹੋ, ਫਿਰ ਮੈਂ ਕਰਾਂਗੀ ਆਪੀ। ਨਾ ਕੋਈ ਗੱਲ ਨੀ ਮੰਮੀ, ਜੇ ਤੁਸੀਂ ਕਹਿੰਦੇ ਮੈਂ ਲੈ ਜਾਂਦੀ, ਮੈਨੂੰ ਕੋਈ ਚੱਕਰ ਨੀ ਹੈਗਾ। ਚੱਲ ਠੀਕ ਆ, ਜਾਓ ਪੁੱਤ, ਫਿਰ ਕਬੇਲਾ ਹੋਈ ਜਾਂਦੇਗਾ। ਠੀਕ ਆ, ਬਸ ਅਸੀਂ ਕਰਕੇ ਆ ਗਏ, ਤੇ ਤੁਸੀਂ ਪਏ ਰਹੋ, ਕੋਈ ਕੰਮ ਕੁੰਮ ਨਾ ਕਰਿਓ। ਕੋਈ ਨਾ ਕੋਈ ਐਵੇਂ ਲੱਗ ਜਾਂਦੇ ਹੋ ਕੰਮ ਕਰਨ। ਠੀਕ ਆ, ਚੰਗਾ ਚੰਗਾ ਪੁੱਤ। ਅਮਨ। ਹਾਂਜੀ ਦੀ। ਕੀ ਕਰਦੀ ਆ? ਕੁਛ ਨੀ ਦੀਦੀ, ਬਰਤਨ ਮਾਂਜ ਰਹੀ ਸੀ। ਉਹ ਮੈਂ ਕਹਿੰਦੀ ਸੀ ਅੱਜ ਆਪਾਂ ਚੱਲੀਏ, ਮੰਮੀ ਨੇ ਕਹਿਤਾ, ਕਹਿੰਦੀ ਛੋਟੀ ਨੂੰ ਲੈ ਜਾਣਾ ਕੰਮ ਕਰ ਲਈ ਗਈ ਗੋਆ। ਹਾਂ ਚਲੋ ਬਸ ਚੱਲਦੇ ਦੀਦੀ। ਧੋਤੇ ਗਏ ਭਾਂਡੇ? ਹਾਂਜੀ। ਚੱਲ ਆ ਜਾ ਫਿਰ, ਲੇਟ ਵਾਲੀ ਹੋ ਗਈ ਪਹਿਲਾਂ ਹੀ। ਚਲੋ ਦੀ। ਲੈ ਚੱਲ ਦੀਦੀ ਆ ਜਾਓ ਜਲਦੀ, ਛੇਤੀ ਕੰਮ ਕਰ ਆਉਂਦੇ ਹਾਂ। ਬਾਪੂ ਅੱਜ ਫੇਰ ਬੋਤਲ ਚੱਕੀ ਫਿਰਦਾ, ਬਾਪੂ ਤਾਂ ਨੀ ਸੁਧਰਦਾ। ਦੀਦੀ ਮੈਨੂੰ ਤਾਂ ਨਾ ਐਂ ਲੱਗਦਾ ਗਾ ਕਿਤੇ ਬਾਪੂ ਅੱਜ ਫੇਰ ਨਾ ਮੰਮੀ ਨੂੰ ਕੁੱਟਣ। ਹੋਰ ਐਂ ਕਰਦੇ, ਛੇ ਛੇਤੀ ਗੱਦ ਦੇਣੇ, ਗੋਹਾ ਡੇਗ ਉਹਨੇ, ਛੇ ਛੇਤੀ ਆਵਾਂਗੇ। ਆ ਜਾ, ਮੇਰਾ ਤਾਂ ਦਿਲ ਜਿਹਾ ਘਬਰਾ ਹੀ ਜਾਂਦਾ। ਪਰ ਹੁਣ ਕੀ, ਆ ਜਾ ਕੁਛ ਨੀ ਹੁੰਦਾ, ਤੂੰ ਛੇਤੀ ਮੁੜਾ। ਜਰਾ ਆਈ ਨਹੀਂ ਗਈ ਅੱਜ, ਬਾਹਲਾ ਹੀ ਟਾਈਮ ਲਾਤਾ। ਹੁਣ ਤੱਕ ਤਾਂ ਆਉਣੀ ਚਾਹੀਦੀ ਦੀ, ਇੱਕ ਤਾਂ ਯਾਰ ਉਹਦੀ ਮੰਮੀ ਨਾਲ ਹੁੰਦੀ ਹੈ, ਨਾ ਤਾਂ ਗੱਲ ਕਰ ਪਾਉਂਦੇ। ਕਿਵੇਂ ਕਰੀਏ, ਜੇ ਵਧੀਆ ਅੱਜ ਉਹਦੀ ਮੰਮੀ ਨਾ ਆਵੇ, ਇਕੱਲੀ ਆ ਜੇ, ਗੱਲ ਕਰਨ ਦਾ ਵੀ ਮੌਕਾ ਮਿਲ ਜੂਗਾ। ਹੁਣ ਤਾਂ ਪਸੰਦੇ ਵਾਲੀ ਆ ਗਈ। ਚਲ ਹੋਰ ਉਡੀਕ ਲੈਂਦੇ ਹਾਂ ਜੇ ਆਊਗੀ, ਪਰ ਮੈਂ ਗੱਲ ਕਰਕੇ ਹੀ ਜਾਊਂਗਾ ਅੱਜ, ਕੁਛ ਮਰਜ਼ੀ ਹੋ ਜੇ। ਮੈਂ ਵੀ ਉਹਨਾਂ ਚਿਰ ਹਿਲਦਾ ਨਹੀਂ ਹੈਗਾ, ਭਾਵੇਂ ਸਾਰਾ ਦਿਨ ਬੈਠਣਾ ਪੈ ਜੇ। ਕੋਈ ਨਹੀਂ, ਆਉਣ ਦੇ, ਦੇਖਦੇ ਹਾਂ ਜੀ। ਕਿਆ ਬਾਤ ਹੈ, ਅੱਜ ਦਾ ਜਿਹੜਾ ਸੋਚਦਾ ਦੀ ਉਹੀ ਕੱਲੀ ਆਉਂਦੀ ਆ ਅੱਜ, ਮੌਕਾ ਹੈ। ਇੱਕ ਮਿੰਟ ਗੱਲ ਸੁਣੋ ਵੀ, ਮੈਨੂੰ ਕੀ ਪਤਾ ਦੀਦੀ, ਚਲੋ ਆ। ਹਾਂਜੀ ਦੱਸੋ। ਮੈਂ ਤਾਂ ਐਵੇਂ ਕਹਿੰਦਾ ਸੀ। ਹਾਂਜੀ ਮੈਂ ਤਾਂ ਗੱਲ ਕਰ, ਦੀਦੀ ਗੱਲ ਸੁਣੋ। ਚਲੋ ਬਾਪੂ ਦਾ ਸੁਭਾਅ ਬਹੁਤ ਖਰਾਬ। ਕੀ ਗੱਲ ਕਰਨੀ ਹੈ ਤੁਸੀਂ? ਤੁਸੀਂ ਸਮਾਈਲ ਹੈ, ਬਹੁਤ ਘੈਂਟ ਕਰ ਦਿਆਂਗੇ। ਮੈਂ ਤੁਹਾਡੇ ਬੰਦੇ ਕਦੇ ਦੇਖਿਆ ਤੱਕ ਨਹੀਂ, ਸਮਾਈਲ ਤਾਂ ਬੜੀ ਦੂਰ ਦੀ ਗੱਲ ਆ। ਸਮਾਈਲ ਤਾਂ ਐਵੇਂ ਕਰਕੇ ਕਹੋਗੇ ਜਿਵੇਂ ਗੱਲ ਕਰਨੀ ਹੋਵੇ। ਨਹੀਂ ਨਹੀਂ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ, ਮੈਂ ਕੋਈ ਸਮਾਈਲ ਨਹੀਂ। ਗਲਤ ਫਹਿਮੀ ਨਹੀਂ ਹੋਈ ਮੈਨੂੰ ਦੀਦੀ, ਕੋਈ ਦੇਖ ਲੂਗਾ। ਚਲੋ ਬਾਪੂ ਦਾ ਸੁਭਾਅ ਬਹੁਤ ਇੱਕ ਵਾਰ ਗਲਤ ਕਰਕੇ ਦੇਖ ਲਓ। ਨਹੀਂ ਨਹੀਂ ਅਸੀਂ ਨਹੀਂ ਕਰ ਸਕਦੇ ਵੀਰੇ, ਅਸੀਂ ਤੁਹਾਨੂੰ ਨਹੀਂ ਜਾਣਦੇ ਹੈਗੇ। ਚਲ ਦੀਦੀ। ਉਹ ਜਾਣ ਪਛਾਣ ਤਾਂ ਆਪੇ ਹੋ ਜੂ, ਪਤਾ ਨਹੀਂ ਕੌਣ ਆ ਪਾਗਲ ਚ। ਕੋਈ ਨਹੀਂ, ਮੈਂ ਵੀ ਦੇਖਦਾ ਤੂੰ ਕਿੰਨਾ ਚਿਰ ਗੱਲ ਨਹੀਂ ਕਰਦੀ ਹੈਗੀ, ਕਦੇ ਤਾਂ ਆਏਗੀ ਲੈਣ ਤੇ, ਅੱਜ ਨਹੀਂ ਤਾਂ ਕੱਲ। ਮੈਂ ਵੀ ਉਹਨਾਂ ਚਿਰ ਹਿਲਦਾ ਨਹੀਂ ਉਰੋ ਜਿੰਨਾ ਚਿਰ ਤੂੰ ਗੱਲ ਨਹੀਂ ਕਰਕੇ ਜਾਂਦੀ। ਹੁਣ ਦੇਖਦਾ ਮੈਂ, ਕੋਈ ਨਹੀਂ ਕੱਲ ਨੂੰ ਪੈਣਾ ਦੁਬਾਰੋ, ਕੱਲ ਨੂੰ ਤਾਂ ਤੇਰੇ ਨਾਲ ਜ਼ਬਰਦਸਤੀ ਕਰਨੀ ਪਊ। ਆ ਦੇਖ ਕੇ ਮੈਂ ਮੰਜੇ ਤੇ ਲਿਟੀ ਪਿਆ ਜਿਵੇਂ ਆਤਾ ਦਾ ਕੰਮ ਕਰਕੇ ਆਈ ਹੋਵੇ। ਨਾ ਕੀ ਗੱਲ, ਹੁਣ ਬਿਮਾਰ ਬੰਦਾ ਮੰਜੇ ਤੇ ਵੀ ਨਹੀਂ ਪੈ ਸਕਦਾ। ਬਿਮਾਰ ਜਾਣਦਾ ਤੇਰੇ ਡਰਾਮੇ ਅੰਮਾ ਬਿਮਾਰ ਨਾ, ਪਹਿਲਾਂ ਮੈਨੂੰ ਤੁਮਾਂ ਦੱਸ ਗਗਨ ਤੇ ਅਮਨ ਕਿੱਥੇ ਭੇਜੀਆਂ ਨੇ ਤੈਨੂੰ? ਕੰਮ ਤੇ ਗਈਆਂ ਨੇ ਉਹ, ਤੂੰ ਤਾਂ ਨਹੀਂ ਕਿਸੇ ਕੰਮ ਨੂੰ ਹੱਥ ਲਾਉਂਦਾ ਹੈ। ਤੈਨੂੰ ਪਤਾ ਨੀ ਲੱਗਿਆ ਤੈਨੂੰ ਪਹਿਲਾਂ ਮੇਰੇ ਮਾਰਦਾ? ਮੇਰਾ ਨਾ ਤੂੰ ਹੱਥ ਮੇਰਾ ਤੇਰੇ ਤੇ ਲੱਗਦਾ ਲੱਗਦਾ ਰੁਕਦਾ, ਥੋੜੇ ਵਾਰ ਕਰ ਤਾ ਤੇਰਾ ਸਿਰ ਪਾੜ ਦੂੰਗਾ ਮੈਂ ਮਾਰ ਕੇ ਕੰਧ ਨਾਲ। ਸ਼ਰਮ ਕਰ ਪੁਰਾ, ਸ਼ਰਮ ਓਏ, ਸ਼ਰਮ ਤਾਂ ਤੇ ਲਾ ਕੇ ਕਿੱਲੇ ਤੇ ਟੰਗ ਰੱਖੀ ਹੈਗੀ, ਧੀਆਂ ਤਾਂ ਤੇਰੀਆਂ ਬਾਹਰੇ ਕੰਮ ਕਰਦੀ ਫਿਰਦੀ ਨੇ ਤੇ ਤੂੰ ਇੰਨਾ ਤਾਂ ਲਾਈ ਨਾ ਪੈਸੇ। ਨਾ ਤੈਨੂੰ ਸ਼ਰਮ ਨਹੀਂ ਆਈ ਮਾੜੀ ਮੋਟੀ ਹੈ ਵੀ
ਪਿੰਡ ਚ ਲੋਕ ਕੀ ਗੱਲਾਂ ਕਰਨਗੇ? ਪਿੰਡ ਚ ਲੋਕ ਗੱਲਾਂ ਤਾਂ ਤੇਰੇ ਬਾਰੇ ਵੀ ਬਥੇਰੀਆਂ ਕਰਦੇ ਨੇਗੇ, ਸ਼ਰਮ ਤਾਂ ਤੈਨੂੰ ਆਣੀ ਚਾਹੀਦੀ ਹੈ। ਲੋਕਾਂ ਦਾ ਕੰਮ ਜਵਾਨਤੀਆਂ ਬਾਹਰੇ ਕੰਮ ਕਰਦੀ ਫਿਰਦੀ ਹੈ? ਲੋਕਾਂ ਦਾ ਕੰਮ ਕੀ ਹੁੰਦਾ? ਭੌਂਕਣਾ। ਇਹ ਕੁੱਤੇ ਨੇ ਲੋਕ, ਮੈਂ ਪੀਨਾ ਤੇਰੇ ਵੱਲੋਂ ਪੀਨਾ ਮੈਂ, ਜੇ ਤੈਨੂੰ ਪੈਸੇ ਦੀ ਕਹਿ ਲਈ ਪੈਸੇ ਲਿਆ, ਤੈਨੇ ਮੈਨੂੰ ਇੱਕ ਫੁੱਟੀ ਗੋਲੀ ਨਹੀਂ ਦਿੱਤੀ। ਮੈਨੂੰ ਐ ਨਹੀਂ ਸਮਝ ਆਉਂਦੀ ਤੂੰ ਕਿਹੜੇ ਢਾਮੇ ਲਿਆ ਕੇ ਫੜਾ ਰੱਖੇ ਨੇ ਮੈਨੂੰ। ਉਹ ਢਾਮੇ ਢਾਮੇ ਤੈਨੂੰ ਮੈਂ ਫੜਾਵਾਂ? ਤੂੰ ਰਾਣੀ ਸੁੰਦਰ ਆਣਾ, ਤੂੰ ਕੰਮ ਤੇਰੇ ਹੈਗੇ ਨੇ, ਤੇਰੇ ਕੰਮ ਪੈਸੇ ਲੈਣ ਵਾਲੀ ਹੈਗੇ ਤੇਰੇ ਚੱਜ। ਕਿਉਂ ਕੀ ਗੱਲ, ਤੇਰਾ ਬੱਬਰ ਭਰੀ ਜਾਂਦੇ ਅਸੀਂ? ਬੱਬਰ ਭਰਦੀ ਆ ਆ ਤੇਰੀ ਪਰਸੋਂ ਜਿਹੜੇ ਹੋਏ ਆ ਨਾ ਕੁੱਤੇ ਖਾਣੀ ਤੇਰੇ ਨਾਲ, ਤੇਰੇ ਤੂੰ ਬਚ ਗਈ, ਤੂੰ ਨਾ ਤੂੰ ਮੇਰੇ ਤੋਂ ਬਾਜਾ ਵਧੀਆ ਰਹੇਗੀ, ਸਮਝ ਗਈ? ਜੇ ਮੈਨੂੰ ਅੱਜ ਤੋਂ ਬਾਅਦ ਪਤਾ ਲੱਗਿਆ ਨਾ ਤੇਰੇ ਗਗਨ ਤੇ ਅਮਨ ਨੂੰ ਕਿਤੇ ਭੇਜਤਾ, ਤਾਂ ਮੈਂ ਤੇਰਾ ਉਹ ਅੰਜਾਮ ਕਰੂੰਗਾ ਸਰ, ਯਾਦ ਰੱਖੇਗੀ ਜ਼ਿੰਦਗੀ ਭਰ। ਨਾਲੇ ਮੈਨੂੰ ਕੁੜੀਆਂ ਕੱਲ੍ਹ ਨੂੰ ਇੱਥੇ ਦੋਏ ਦੇਖਣੇ ਚਾਹੀਦੇ ਨੇ, ਗਗਨ ਤੇ ਅਮਨ ਪੈਰ ਨਾ ਪੱਟਦੇ ਨੇ, ਜੂ ਜਿੱਥੋਂ ਮਰਜ਼ੀ ਆਪਦਾ ਕਰ, ਹੇਠ ਹੁੰਦਾ ਠੀਕ ਆ, ਚਾਹੇ ਗੋਹਾ ਕਰ ਚਾਹੇ ਕੂੜਾ ਕਰ, ਮੈਨੂੰ ਪੈਸੇ ਚਾਹੀਦੇ ਨੇ, ਨਾਲੇ ਹੱਥ ਨੂੰ ਚਾਹੀਦਾ ਮੈਨੂੰ ਵਧੀਆ। ਕਿਉਂ ਕੀ ਗੱਲ, ਡੀਸੀ ਲੱਗਿਆ ਸਰਕਾਰੀ ਸਰ, ਭਾਰ ਨੂੰ ਮਾਰ ਕੇ ਬੋਤਲ ਚਲਾਉਣੀ ਆ ਜਵਾਨ, ਗੱਲਾਂ ਤਾਂ ਕਰਦੇ ਚੜੇ ਚੜੇ ਮਹੀਨੇ 70 ਲਿਆ ਕੇ ਧਰਦਾ ਵਾ ਸਰਕਾਰੀ ਨੌਕਰੀ ਦਾ, ਹਰਦੀ ਨਾ ਤੂੰ ਚੱਜ ਕਰਦੀ ਨੀ, ਤੂੰ ਹੈ ਨੀ ਤੇਰੇ ਥੱਲੇ, ਡੰਡੇ ਮਾਰ ਇੱਥੋਂ ਨਿਕਲ ਮਾਰ, ਚੱਲ ਦੇਖ ਲਓ ਚੱਲ, ਬੈਤਲ ਜਨਾਨੀ ਕਿੱਥੇ ਜੀਵ ਚਲਾਉਂਦੀ ਆ ਗੱਠ ਲੰਬੀ। ਨਹੀਂ ਨਾ ਯਾਰ ਲੋਕ ਯਾਰ ਤਾਂ ਆਉਣ ਦੇ ਜਿਹੜਾ ਨਾ ਲਗੂ ਲਵੇ, ਮੈਂ ਪਾੜੂ ਦਾ ਖੁਸ। ਚੱਲ ਮੈਂ ਤਾਂ ਉਹਦਾ ਬੱਠਰ ਭਰਦੀ ਆ ਤੇ ਉਹਨੂੰ ਕਰ ਦਿੰਦਾ। ਠੀਕ ਆ ਜੀ, ਇਹਨੂੰ ਪੜ ਪਹਿਲਾਂ ਤਾਂ, ਪਾਪਾ ਵੀ ਨਾ ਕਿਤੇ ਬੋਲੀ ਜਾ ਤੋਏ ਮੰਮੀ ਨੂੰ, ਚੇਚੇ ਦੀ ਭਰਤੀ ਦੇਖ ਕੇ ਚੱਲੀ ਗਈ ਤੇ ਉਹ ਇਹਨਾਂ ਨੇ ਪਾਣੀ ਗਾਤਾ। ਇੱਕ ਤਾਂ ਦੀਦੀ ਇਹਨਾਂ ਦਾ ਘਰ ਵੀ ਬਹੁਤ ਦੂਰ ਆਗਾ, ਹੋਰ ਕੀ ਕਰੀਏ ਹੁਣ, ਮਜਬੂਰੀ ਆ, ਮੈਨੂੰ ਸਭ ਪਤਾ ਤਾਂ ਹੈਗਾਗਾ। ਹੱਸਪੇ ਪਰੇ ਹੋ ਜਾ, ਇਹ ਹੱਸ ਚੱਲ ਤੂੰ ਖੜ ਮੈਂ ਦੇਖ ਕੇ ਆ ਗਈ। ਠੀਕ ਆ ਦੀ, ਆ ਜਾਓ ਦੀਦੀ ਜਲਦੀ, ਇੱਕ ਤਾਂ ਟੈਂਸ਼ਨ ਬਹੁਤ ਹੋਈ ਪਈ ਹੈਗੀ, ਬਾਪੂ ਵੀ ਨਾਲ ਲੜੀ ਜਾਂਦਾ ਮੰਮੀ ਨਾਲ, ਛੇਤੀ ਆਓ ਦੀਦੀ। ਨਾਲ ਗੱਲ ਸੁਣੋ ਦੀਦੀ, ਮੈਂ ਕਹਿੰਦੀ ਸੀ ਤੁਸੀਂ ਆਂਟੀ ਹੋਰ ਨੂੰ ਐਵੇਂ ਕਹਿ ਦਿਓ ਵੀ ਝਾੜੂ ਪੋਚਾ ਆਪ ਹੀ ਕਰ ਲੈਣਗੇ, ਉਹ ਫਿਰ ਬੋਲਣਗੇ ਵਾਲੇ ਕਹਿਣਗੇ ਪੂਰਾ ਵੀ ਨਹੀਂ ਕਰਕੇ ਗਏ, ਮੰਮੀ ਨੂੰ ਲਾਂਭਾ ਦੇਣਗੇ। ਮੰਮੀ ਨੂੰ ਲਾਂਭਾ ਕੀ ਦੇਣਗੇ, ਮੈਨੂੰ ਮੰਮੀ ਦੀ ਉਹ ਟੈਂਸ਼ਨ ਹੋਈ ਪਈ ਇੱਕ ਤੂੰ ਬਿਮਾਰ ਲਿਆ। ਹਾਂਜੀ ਆ ਕੱਪੜੇ ਵਾਲੇ ਫਾਲਤੂ ਸੀ ਤੁਹਾਡੇ ਲਈ ਲਿਆ, ਕੋਈ ਗੱਲ ਨਹੀਂ ਹੈ ਸਾਨੂੰ, ਕੋਈ ਗੱਲ ਨਹੀਂ ਤੁਸੀਂ ਰਹਿਣ ਦਿੰਦੇ। ਨਹੀਂ ਨਹੀਂ ਕੋਈ ਗੱਲ ਨਹੀਂ, ਧੰਨਵਾਦ ਜੀ। ਦੀਦੀ ਬਾਹਰੋਂ ਆਏ ਲੱਗਦੇ ਆ, ਕਿੰਨੇ ਸੋਹਣੇ ਕੱਪੜੇ ਪਾਏ ਆ ਨਾ, ਆਪਣੇ ਬਾਪੂ ਘਰ ਨੇ ਕਦੇ ਨਹੀਂ ਪਵਾਏ ਇੱਦਾਂ ਦੇ ਕੱਪੜੇ, ਆਪਣੀ ਤਾਂ ਕਿਸਮਤ ਹੀ ਬਹੁਤ ਮਾੜੀ ਆ। ਦੀਦੀ ਆਹ ਸੂਟ ਤਾਂ ਮੈਂ ਪਾਉਂਗੀ, ਕੋਈ ਸਾਰੀ ਤੂੰ ਪਾ ਲਈ ਠੀਕ ਹੈ, ਮੈਂ ਬੱਠਾ ਰੱਖਿਆ। ਛੇਤੀ ਆਇਓ ਦੀਦੀ, ਭੈਣ ਦਾ ਜੱਗੀ ਜੀ ਨੇ ਇੰਨਾ ਟਾਈਮ ਲਾਤਾ, ਦੱਸ ਵੀ ਘੰਟਾ ਹੋ ਗਿਆ ਮੈਨੂੰ ਖੜੇ ਨੂੰ, ਤੂੰ ਆ ਜਾ ਦੱਸ, ਅੰਦਰ ਤਾਂ ਘਰੋਂ ਹੀ ਨਿਕਲ ਦੇਗਾ, ਪਤੰਦਰ ਨਾ ਪਤਾ ਨਹੀਂ ਕਿੰਨਾ ਕੁ ਟਾਈਮ ਲਵਾਊਗਾ। ਹੋਰ ਆ ਕਿੱਧਰ, ਇਹ ਕਿੱਧਰ ਆ ਰਹੀਆਂ ਨੇ ਅੱਜ, ਚੱਲ ਬਾਬੇ ਬਣ ਗਈ ਗੱਲ।
ਅੱਜ ਘੇਰਦੇ ਆ। ਹੈਲੋ ਜੀ, ਤੈਨੂੰ ਕਿੰਨੀ ਵਾਰੀ ਕਿਹਾ ਵੀ ਤੂੰ ਨਾ ਖੜਿਆ ਰਸਤਿਆਂ ਵਿੱਚ, ਲੱਗਦਾ ਤੁਹਾਡੇ ਦਰਸ਼ਨ ਮਹਿੰਗੇ ਹੋ ਗਏ, ਜਿਹੜੇ ਕਰਵਾਉਂਦੇ ਨੇ ਹੈਗੇ। ਉਹ ਮੈਂ ਕਹਿੰਦਾ ਬਸ਼ਰਮ ਹੈ, ਬਸ਼ਰਮ ਤਾਂ ਇਹਨੇ ਕਰਤਾ ਮੈਨੂੰ, ਜਿਹੜੀ ਹਲਕੀ ਜਿਹੀ ਸਮੈਲ ਕਰਕੇ ਗਈ ਹੈ ਨਾ, ਉਹ ਨਹੀਂ ਮਰਵਾਉਂਦਾ। ਮੈਂ ਤੁਹਾਡੇ ਬਣੀ ਕਦੇ ਦੇਖਿਆ ਤੱਕ ਨਹੀਂ ਹੈਗਾ। ਬਸ ਕਰੋ, ਇੰਨੇ ਵੀ ਬਹਾਨੇ ਬਾਜ਼ ਨਾ ਬਣੋ, ਸਭ ਦੇਖ ਲਿਆ ਮੈਂ। ਮੈਂ ਤੁਹਾਨੂੰ ਗੱਲ ਦੱਸਾਂ, ਅਸੀਂ ਨਾ ਬਹੁਤ ਹੀ ਗਰੀਬ ਤੇ ਸਾਊ ਘਰ ਆ, ਠੀਕ ਆ, ਸਾਡਾ ਮਗਰਾ ਕਰਨਾ ਛੱਡ ਦੋ। ਉਹ ਮੈਂ ਕਿਹੜਾ ਕੋਈ ਤਕੜੇ ਘਰੋਂ ਆ, ਮੈਂ ਵੀ ਤੁਹਾਡੇ ਵਰਗੀ ਆ, ਨਾਲੇ ਮੇਰੇ ਕਿਹੜਾ ਕੋਈ ਟਰਾਲੇ ਚੱਲਦੇ ਨੇ। ਗੱਲ ਨਾ ਉਹ ਨੀ ਹੈਗੀ ਗਰੀਬ ਅਮੀਰ ਦੀ, ਠੀਕ ਆ, ਗੱਲ ਐਵੇਂ ਵੀ ਮੈਂ ਸਾਡਾ ਬਹੁਤ ਜ਼ਿਆਦਾ ਹੋ, ਠੀਕ ਹੈ, ਮੇਰੇ ਡੈਡੀ ਪਹਿਲਾਂ ਹੀ ਬਹੁਤ ਕੁੱਟਮਾਰ ਕਰਦੇ ਮੇਰੀ ਮੰਮੀ ਨਾਲ, ਜਿਹਨੂੰ ਆਹ ਗੱਲ ਦਾ ਪਤਾ ਚੱਲ ਗਿਆ ਫਿਰ ਤਾਂ ਉਹਨੇ ਸਾਨੂੰ ਵੀ ਜਾਨੋਂ ਹੀ ਮਾਰ ਦੇਣਾ। ਉਹ ਕੋਈ ਦਿੱਕਤ ਨਹੀਂ ਪੈਂਦੀ, ਇਹ ਤਾਂ ਤੁਸੀਂ ਕਰੀ ਜਾਂਦੇ, ਸੌਂਕਾ ਹੁੰਦਾ ਹੌਸਲਾ ਹੀ ਮਿਲੂਗਾ। ਚਲੋ ਦੀਦੀ, ਚੱਲੀ, ਲੋਕ ਐਵੇਂ ਗੱਲਾਂ ਬਣਾ ਲੈਣਗੇ। ਉਹ ਕੋਈ ਗੱਲ ਤੁਹਾਨੂੰ ਪਤਾ ਨਹੀਂ, ਠੀਕ ਹੈ, ਦੁਨੀਆਦਾਰੀ ਦਾ। ਉਹ ਤੁਸੀਂ ਇੱਕ ਵਾਰ ਮੇਰੇ ਨਾਲ ਗੱਲ ਤਾਂ ਕਰਕੇ ਦੇਖੋ ਨਾ ਵੀਰੇ, ਅਸੀਂ ਇਦਾਂ ਦੀਆਂ ਕੁੜੀਆਂ ਨਹੀਂ ਹੈਗੇ, ਸਾਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ ਹੈਗਾ। ਹੋਰ ਕਿੱਦਾਂ ਦੀਆਂ ਤੁਸੀਂ ਦੱਸ ਦਿਓ ਫਿਰ। ਦੱਸੀਏ ਕਿ ਸਰ ਜੂ ਦੱਸ ਤਾਂ ਦਿਓ, ਮੈਂ ਵੀ ਸੁਣਨਾ ਚਾਹੁੰਦਾ ਨਾ। ਕੋਈ ਫਾਇਦਾ ਨਹੀਂ ਗੱਲਾਂ, ਠੀਕ ਆ, ਤੈਨੂੰ ਸਾਫ਼ ਸਾਫ਼ ਕਹਿ ਦਿਆ ਸਾਡੇ ਰਸਤੇ ਵਿੱਚ ਨਾ ਖੜਿਆ ਕਰ। ਉਹ ਗੱਲ ਤਾਂ ਦੱਸ ਦਿਓ ਫਿਰ, ਅਸੀਂ ਨਾ ਕੋਈ ਗੱਲ ਅੱਗੇ ਕਰਨਾ ਚਾਹੁੰਦੇ ਆ ਨਾ ਦੱਸਣਾ ਚਾਹੁੰਦੇ ਆ ਤੈਨੂੰ। ਉਹ ਫਿਰ ਮੈਂ ਸੁਣਨਾ ਤਾਂ ਚਾਹੁੰਦਾ ਨਾ, ਮੈਨੂੰ ਪਤਾ ਤਾਂ ਲੱਗੇ। ਜੇ ਤੈਨੂੰ ਦੱਸਣ ਬਹਿ ਗਏ ਤੈਨੂੰ ਸੁਣਨੀ ਨਹੀਂ ਨਾ, ਤੇਰੇ ਤੋਂ ਬੋਲਣ ਵਾਏ ਜਾਣੇ। ਉਹ ਸੁਣ ਲਾਂਗੇ, ਤੁਸੀਂ ਦੱਸੋ ਨਾ। ਸੁਣਨ ਤੇ ਕਰਨ 'ਚ ਬਹੁਤ ਫਰਕ ਹੁੰਦਾ ਵਾ, ਸੁਣ ਲੇਗਾ ਫੰਨੀ ਬਹਿ ਤਾਂ ਨਹੀਂ ਜਾਣਾ ਬੋਲਾਂ ਦੇ ਤੇਰੇ ਤੋਂ। ਲਵਾ ਵੀ ਲਵਾਂਗੇ, ਪਹਿਲਾਂ ਦੱਸੋ ਨਾ ਗੱਲ ਕੀ ਹੈ, ਜੇ ਕੋਈ ਗੱਲ ਦਾ ਪਤਾ ਹੀ ਨਹੀਂ ਲੱਗੂਗਾ ਫਿਰ ਮੈਨੂੰ ਪਤਾ ਹੈ, ਤੁਸੀਂ ਦੱਸੋ। ਮੇਰੇ ਨਾ ਘਰ ਦੀ ਸਾਰੀ ਟੈਨਸ਼ਨ ਮੇਰੇ ਸਿਰ ਤੇ ਆ, ਠੀਕ ਹੈ, ਮੈਂ ਤੇ ਮੇਰੀ ਮਾਂ, ਮੇਰੀ ਛੋਟੀ ਭੈਣ ਆ ਸੀ ਕਮਾਉਣ ਵਾਲੇ, ਮੇਰਾ ਡੈਡੀ ਕੁਛ ਨਹੀਂ ਕਰਦਾ ਹੈਗਾ। ਅੱਛਾ, ਸਿਰਫ ਉਹਦਾ ਸਾਨੂੰ ਮੇਰੀ ਮਾਂ ਨੂੰ ਕੁੱਟਣ ਤੱਕ ਹੀ ਰਹਿੰਦਾ, ਠੀਕ ਹੈ ਨਾ, ਜਿਹਨੂੰ ਇਹ ਗੱਲਾਂ ਪਤਾ ਲੱਗੇ ਤੈਨੂੰ ਵਾਰ ਵਾਰ ਕਹਿ ਰਹੀ ਹਾਂ, ਸਾਡੀ ਵੀ ਖੈਰ ਨਹੀਂ ਹੈਗੀ। ਕੋਈ ਦਿੱਕਤ ਨਹੀਂ ਪੈਂਦੀ ਹੈਗੀ, ਕੋਈ ਨਹੀਂ, ਮੈਂ ਦਿੱਕਤ ਨਹੀਂ ਪੈਂਦੀ, ਤੂੰ ਕਹਿਤਾ ਐਵੇਂ ਨਹੀਂ ਹੋਇਆ ਕਰਦਾ, ਜੇ ਤੈਨੂੰ ਪਿਆਰ ਨਾਲ ਅਸੀਂ ਕਹੀ ਦਿੱਤਾ ਤੂੰ ਫਿਰ ਵੀ ਨਹੀਂ ਹਟਦਾ ਹੈਗਾ, ਨਾਲੇ ਮੇਰੀ ਮਾਂ ਨੇ ਮੇਰੇ ਤੇ ਰੱਬ ਜਿਹੜਾ ਭਰੋਸਾ ਕਰਦੀ, ਉਹਦਾ ਭਰੋਸਾ ਮੈਂ ਕਦੇ ਵੀ ਨਹੀਂ ਤੋੜ ਸਕਦੀ ਹੈਗੀ। ਮੈਂ ਤਾਂ ਸਮਝ ਨੂੰ, ਪਰ ਮੇਰੇ ਦਿਲ ਨੂੰ ਕੌਣ ਸਮਝਾਵੇ, ਜੋ ਦਿਲ ਤੇਰਾ ਤੇ ਆਪਦੇ ਦਿਲ ਨੂੰ ਸਮਝਾ ਚਾਹੇ ਨਾ ਸਮਝਾ, ਜੋ ਤੁਹਾਡੇ ਤੇ ਆਇਆ ਹੋਏਗਾ ਹੋਰ ਕਿਸੇ ਤੇ ਆਉਂਦੀ ਨਹੀਂ ਹੈਗਾ। ਜਿੱਦਣ ਦੇ ਤੁਸੀਂ ਨਿਗਾਹ ਚਾਹੋ ਹੋਰ ਵੱਲ ਝੱਕ ਨੂੰ ਜੀ ਨਹੀਂ ਕਰਦਾ, ਪਤਾ ਨਹੀਂ ਕੀ ਚੱਕਰ ਹੈ। ਚੱਲ ਤੂੰ ਜਾ, ਦੋ ਮਿੰਟ ਮੇਰੇ ਨਾਲ ਗੱਲ ਕਰਕੇ ਆਈ, ਚੱਲ ਤੂੰ ਆ ਗਈ ਕੋਈ। ਨਹੀਂ ਦੀਦੀ, ਮੈਂ ਨਹੀਂ ਜਾਣਾ ਹੈਗਾ, ਇਹ ਬੰਦਾ ਮੈਨੂੰ ਵਧੀਆ ਨਹੀਂ ਲੱਗਦਾ ਕੁਛ। ਮੈਂ ਤੂੰ ਜਾ, ਦੋ ਮਿੰਟ ਮੈਂ ਆਈ। ਚਲੋ ਠੀਕ ਹੈ ਦੀਦੀ, ਹਾਂ ਖੜ ਲੈ। ਤੁਹਾਡੀ ਭੈਣ ਮੈਨੂੰ ਲੱਗਦਾ ਤੁਹਾਡਾ ਜ਼ਿਆਦਾ ਨਹੀਂ ਕਰਦੀ ਹੈਗੀ। ਭੈਣ ਉਹ ਮੇਰੀ ਕੋਈ ਬਗਾਨੀ ਨਹੀਂ ਹੈਗੀ। ਅੱਛਾ, ਹਾਂ ਦੇਖ ਲਓ ਜੀ, ਕਰਤਾ ਤਾਂ ਮੈਂ ਬਹੁਤ ਹੈ ਤੁਹਾਡਾ, ਪਰ ਤੁਸੀਂ ਸਮਝੋ ਮੈਂ। ਚੱਲ ਕੋਈ ਨਾ, ਦੇਖਦੇ ਹਾਂ ਫਿਰ ਤੈਨੂੰ ਵੀ ਤੂੰ ਕਿੰਨਾ ਕੁ ਮੈਨੂੰ ਸਮਝਦਾ ਵਾ, ਠੀਕ ਆ। ਕੋਈ ਨਹੀਂ, ਜੇ ਤੁਸੀਂ ਹਾਂ ਕਰਦੇ ਹੋ ਸਮਝ ਵੀ ਲਵਾਂਗੇ ਨਾ, ਤੁਸੀਂ ਹਾਂ ਤਾਂ ਕਰੋ। ਕੋਈ ਗੱਲ ਨਹੀਂ, ਨਾ ਤਾਂ ਦੱਸ ਦਿਓ ਉਹਦਾ ਕੀ ਹੈ, ਫਿਰ ਦੱਸਾਂਗੇ। ਉਹ ਦੱਸ ਤਾਂ ਦਿਓ, ਘਰ ਵਾਰੀ ਦੱਸ ਜੋ, ਲੱਗਦਾ ਸੰਗ ਗਈ। ਚੱਲ ਕੋਈ ਨਹੀਂ, ਪਤਾ ਤਾਂ ਕਰੇ ਲੂ ਮੈਂ। ਕਿਵੇਂ ਹੋ, ਮਰਵਾਉਣਾ ਤੂੰ ਇੱਥੇ ਮੈਨੂੰ, ਘਰੇ ਹੈ ਨਹੀਂ ਕੋਈ? ਸਾਰੇ ਘਰੇ ਨਹੀਂ ਸਾਡੇ, ਕੋਈ ਨਹੀਂ ਹੈਗਾ, ਮੈਨੂੰ ਤਾਂ ਲੱਗਦਾ ਨਹੀਂ, ਉਹੀ ਗੱਪ ਮਾਰੀ ਜਾਂਦੀ। ਇਹ ਸੱਚੀ ਪਲੀਜ਼ ਕੋਈ ਅੱਜ ਤੂੰ ਚਲੇ ਜਾ ਇੱਥੋਂ, ਮੈਂ ਤਾਂ ਮਿਲਣਾ ਸੀਗਾ। ਨਹੀਂ ਨਹੀਂ ਨਹੀਂ, ਉਹ ਬਾਲੀ ਜੀ ਕਰੀ ਜਾਂਦਾ ਹੈ ਬਾਰੇ ਆ ਜਾ ਯਾਰ, ਮੈਂ ਤਾਂ ਹੁਣੇ ਆ।
ਮੇਰਾ ਜੀ ਕਰੀ ਜਾਂਦਾ ਫਿਰ ਕਦੋਂ ਆਏਗੀ ਦੱਸ ਟਾਈਮ ਦੱਸ ਹੁਣੇ ਆ ਜੀ ਫਿਰ ਚੰਗਾ ਬਾਏ ਮਰਵਾ ਕੇ ਧਰ ਦੇਣਾ ਤੇ ਪਾਗਲ ਜੀ ਨੇ ਅਮਨਾ ਅਮਨ ਪੁੱਤ ਅਮਨ ਕਿਹੜਾ ਸੁਣਦੀ ਹੈਗੀ ਪਤਾ ਨੀ ਕਿੱਥੇ ਵੜ ਰਹੀ ਹੈ ਗਗਨ ਵੀ ਕਿਹੜੇ ਵੇਲੇ ਦੀ ਲੱਗ ਰਹੀ ਹੈ ਝਾੜੂ ਕੱਢਣ ਹਜੇ ਤੱਕ ਸਫਾਈ ਨੀ ਹੋਈ ਹੈਗੀ ਹੈ ਲੱਗਦਾ ਜਿਵੇਂ ਗਗਨ ਬੋਲਦੀ ਹੋਵੇ ਕਿਸੇ ਨਾਲ ਕੀ ਹੈ ਕੋਈ ਆ ਨਾ ਰਿਹਾ ਹੋਵੇ ਕੋਈ ਗਵਾਂਢੀ ਅਮਨਾ ਅਮਨ ਕਿਹੜਾ ਸੁਣਦੀ ਗਗਨ ਪੁੱਤ ਨੀ ਗਗਨ ਕਿੱਥੇ ਵੜ ਰਹੀ ਨੀ ਇਹ ਜੀ ਕੋਈ ਵੀ ਨੀ ਸੁਣਦੀ ਹੈਗੀ ਕਮਾਲ ਦੀ ਗੱਲ ਮੰਮੀ ਬੁਲਾਇਆ ਤੁਸੀਂ ਕਿੰਨੀ ਵਾਜਾਂ ਮਾਰ ਲਈ ਮੈਂ ਤਾਂ ਅਮਨ ਸੁਣੇ ਉਹਨੇ ਝਾੜੂ ਲਗਾਈ ਜਾਂਦੀ ਸੀ ਪਤਾ ਨੀ ਲੱਗਾ ਹੈਗਾ ਕਿਹੜੇ ਵੇਲੇ ਦੀ ਝਾੜੂ ਕੱਢਦੀ ਸੀ ਤੂੰ ਕਮਾਲ ਦੀ ਗੱਲ ਅੱਜ ਇੰਨਾ ਟਾਈਮ ਕਿਵੇਂ ਲੱਗ ਗਿਆ ਝਾੜੂ ਕੱਢੀ ਆਈ ਤੁਹਾਨੂੰ ਪਤਾ ਗਰਮੀ ਕਿੰਨੀ ਆ ਤੇ ਬਾਹਰ ਕੌਣ ਆ ਰਹੇ ਸੀ ਨਾਲ ਕੋਈ ਨੀ ਨਾ ਗਗਨਾ ਨਹੀਂ ਮੈਨੂੰ ਸੁਣਦਾ ਸੀ ਜਿਵੇਂ ਕਿਸੇ ਨਾਲ ਬੋਲਦੀ ਹੋਵੇ ਤੂੰ ਨਾ ਕੋਈ ਵੀ ਨੀ ਸੀ ਬਾਰੇ ਤਾਂ ਉਹੀ ਲੱਗਾ ਤੁਹਾਨੂੰ ਭੁਲੇਖਾ ਪਿਆ ਹੋਣਾ ਅੱਛਾ ਚੱਲ ਕੀ ਹੈ ਇਹਨਾਂ ਦੇ ਸਿੱਬੋ ਕੇ ਨਾ ਬੋਲਦੇ ਹੋਣ ਕੋਈ ਤੂੰ ਐ ਕਰ ਕੱਪੜੇ ਹੋਰ ਪਏ ਨੇ ਜਿਹੜੇ ਉਹ ਚੱਕ ਲੈ ਮੈਂ ਬੈਠੀ ਬੈਠੀ ਸਾਰਿਆਂ ਦੀ ਤਹਿ ਬਣਾ ਦੂੰਗੀ ਪੁੱਤ ਨਾਲੇ ਮੈਨੂੰ ਪਾਣੀ ਲਿਆ ਦੇ ਠੀਕ ਹੈ ਮੰਮੀ ਲਿਆ ਕੇ ਦਿੰਦੀ ਤਾਂ ਗਰਮੀ ਵੀ ਬੁਲਾਈ ਹੋ ਰਹੀ ਹੈਗੀ ਹਜੇ ਤੱਕ ਨੀ ਆਇਆ ਪਹਿਲਾਂ ਕਿਤੇ ਆਪ ਵੇਟ ਕਰਦਾ ਹੁੰਦਾ ਸੀ ਅੱਜ ਮੈਨੂੰ ਗਰਮੀ ਪੈ ਰਹੀ ਹੈ ਘਰੇ ਬਹੁਤ ਜ਼ਿਆਦਾ ਕਲੇਸ਼ ਪਿਆ ਹੋਇਆ ਤੁਹਾਡੇ ਕੋਈ ਨੀ ਫਿਰ ਕਰ ਲੋ ਕੀ ਦਿੱਕਤ ਹੈ ਆਪਣੇ ਰਿਸ਼ਤੇ ਦੀ ਗੱਲ ਤੇਰੇ ਨਾਲ ਕਦੇ ਵੀ ਨੀ ਮੇਰੇ ਘਰਦਿਆਂ ਨੇ ਮਨਜ਼ੂਰ ਕਰਨਾ ਫਿਰ ਕੀ ਹੁੰਦਾ ਪਾਪਾ ਅੱਜ ਚੱਲਦੇ ਆ ਕੀ ਗੱਲ ਹੈ ਕਰਤੀ ਨੂੰ ਉਹੀ ਗੱਲ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਮੈਂ ਆਪਦੀ ਮਾਂ ਪਿਓ ਦਾ ਕਦੇ ਭਰੋਸਾ ਨਹੀਂ ਤੋੜ ਸਕਦੀ ਉਹ ਫਿਰ ਕੀ ਦਿੱਕਤ ਹੈ ਹੁਣ ਤੈਨੂੰ ਪਤਾ ਹੈ ਆਪਣਾ ਉਹ ਵਿਆਹ ਤਾਂ ਹੋ ਨਹੀਂ ਸਕਦਾ ਇਸ ਤੋਂ ਬਾਅਦ ਆਪਣੇ ਨਾਲ ਰਸਤਾ ਵੀ ਨਹੀਂ ਕੋਈ ਭੱਜਣ ਤੋਂ ਇਲਾਵਾ ਨਹੀਂ ਇਹ ਗਲਤੀ ਨਹੀਂ ਮੈਂ ਕਦੇ ਵੀ ਨਹੀਂ ਕਰ ਸਕਦੀ ਹੈਗੀ ਮੈਨੂੰ ਮਾਫ ਕਰ ਦੇਣਾ ਮੈਂ ਆਪਦੇ ਘਰਦਿਆਂ ਨੂੰ ਧੋਖਾ ਨਹੀਂ ਦੇ ਸਕਦੀ ਦੇਖ ਧੋਖਾ ਤਾਂ ਮੈਂ ਵੀ ਨਹੀਂ ਦੇ ਸਕਦਾ ਮੈਂ ਵੀ ਤੇਰੇ ਬਿਨਾ ਮਰ ਜਾਊਗਾ ਇਸ ਇਹ ਗੱਲ ਨਾ ਕਹੇ ਮੈਂ ਤਾਂ ਬਚਾਲੀ ਫਿਰ ਮੈਂ ਕੀ ਕਰੂੰਗਾ ਤੇਰੇ ਬਿਨਾ ਤੂੰ ਵੀ ਸੋਚ ਤੂੰ ਤਾਂ ਕਹਿਤਾ ਫਿਰ ਇਹਦਾ ਮਤਲਬ ਤੈਨੂੰ ਮੇਰੇ ਨਾਲ ਪਿਆਰ ਹੀ ਨਹੀਂ ਤੈਨੂੰ ਵੀ ਪਤਾ ਵੀ ਹੈ ਗਿਆ ਕਿ ਹੈ ਨਹੀਂਗਾ ਫਿਰ ਤੂੰ ਸਮਝ ਜੇ ਆਪਾਂ ਭੱਜ ਚੱਲਾਂਗੇ ਕੋਈ ਚੱਕਰ ਨਹੀਂਗਾ ਫਿਰ ਫਿਰ ਕਦੇ ਪਿੰਡ ਚ ਨਹੀਂ ਆਵਾਂਗੇ ਕਰਦੇ ਆ ਫਿਰ ਪਿੰਡ ਦੇ ਆਪਾਂ ਨੂੰ ਰਹਿਣ ਦੇ ਦੇਣਗੇ ਪਿੰਡ ਵਿੱਚ ਕਰਦੇ ਆਪੀ ਸਮਝ ਜਾਣਗੇ ਬਾਅਦ ਚ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਸਮਝ ਜਾਣਗੇ ਤੂੰ ਇੱਕ ਵਾਰ ਮੇਰੀ ਮੰਨ ਸਾਰਾ ਪਿੰਡ ਮੇਰੇ ਮਾਪਿਓ ਤੇ ਥੂ ਥੂ ਕਰੂਗਾ ਤਾਂ ਪਹਿਲਾਂ ਹੀ ਗਰੀਬ ਨੇ ਆਪਦਾ ਕਰਕੇ ਖਾਂਦੇ ਨੇ ਵਿਚਾਰੇ ਫਿਰ ਕੋਈ ਦਿੱਕਤ ਨਹੀਂ ਸਭ ਕੁਝ ਸੈੱਟ ਹੋ ਜਾਊਗਾ ਜੇ ਮੈਂ ਇਹਨਾਂ ਦੀ ਨੀਵੀਂ ਪਾ ਦਿੱਤੀ ਤਾਂ ਉਹਨਾਂ ਨੂੰ ਕਿਸੇ ਨੇ ਕੰਮ ਵੀ ਨਹੀਂ ਦੇਣਾ ਹੈਗਾ ਪਿੰਡ 'ਚ ਤੂੰ ਮੇਰੀ ਗੱਲ ਤਾਂ ਸਮਝ ਨਹੀਂ ਰਹੀ ਜਦੋਂ ਮੈਂ ਕਹਿਤਾ ਨਾ ਵੀ ਸਭ ਕੁਝ ਸੈੱਟ ਹੋ ਜਾਊਗਾ ਮੈਂ ਹੈਗਾ ਤੁਸੀਂ ਉਹ ਗੱਲ ਨੂੰ ਕਿਉਂ ਨਹੀਂ ਸਮਝ ਰਹੇ ਇੱਕ ਦਿਲ ਕਰਦਾ ਤੈਨੂੰ ਹਾਂ ਕਰਦਾ ਇੱਕ ਦਿਲ ਕਰਦਾ ਵੀ ਨਹੀਂ ਮੈਨੂੰ ਪਤਾ ਤੂੰ ਮੈਨੂੰ ਪਿਆਰ ਨਹੀਂ ਕਰਦੀ ਹੈਗੀ ਚੱਲ ਯਾਰ ਮੈਂ ਦੇਖਦੀ ਹਾਂ ਘਰੇ ਜਾਂਦੀ ਹਾਂ ਪਹਿਲਾਂ ਮੈਂ ਦੇਖਦੀ ਹਾਂ ਵੀ ਘਰੇ ਕੀ ਮਾਹੌਲ ਆ ਨਾ ਯਾਰ ਮੈਨੂੰ ਨਹੀਂ ਪਤਾ ਨਾ ਤੇਰੇ ਘਰਦਿਆਂ ਦਾ ਦੇਖ ਮੈਂ ਤਾਂ ਭੱਜਣਾ ਬਸ ਤੂੰ ਪੈਕਿੰਗ ਕਰ ਲਿਆ
ਜੇ ਇੱਥੋਂ ਕੁਛ ਨਹੀਂ ਬਣਦਾ ਤਾਂ ਵੀ ਦੱਸ ਦੇ, ਤੇ ਫਿਰ ਕੋਈ ਖਾ ਕੇ ਮਰ ਜੂਗਾ ਮੈਂ। ਇਹ ਤੇ ਐਦਾਂ ਕਿਉਂ ਬੋਲੀ ਯਾਰ, ਨਾ ਕੁਛ ਖਾ ਕੇ ਮਰ, ਉਹ ਫਿਰ ਹੋਰ ਕੀ ਬੋਲਾਂ, ਮਰਨ ਨਾਲ ਕੋਈ ਹੱਲ ਹੋ ਜੂਗਾ? ਫਿਰ ਤਾਂ ਸਭ ਕੁਛ ਹੱਲ ਹੋ ਜੂਗਾ, ਕੁਛ ਹੱਲ ਨਹੀਂ ਹੁੰਦੇ ਮਰਨ ਨਾਲ। ਠੀਕ ਹੈ, ਇਦੋਂ ਅੱਜ ਤੇ ਇਹ ਗੱਲ ਕਹਿਤੀ, ਅੱਗੇ ਤੋਂ ਨਾ ਕਦੇ ਕਹਿਦੀ। ਫਿਰ ਤੂੰ ਵੀ ਮੰਨ ਲੈ ਮੇਰੀ, ਹੁਣ ਜਦੋਂ ਮੈਂ ਕਹਿਣ ਲੱਗ ਰਿਹਾਗਾ ਵੀ ਤੂੰ ਪੈਕ ਕਰ ਲਿਆ ਸਮਾਨ ਜਿੰਨਾ ਵੀ ਹੈਗਾ, ਮੈਂ ਆਪੀ ਸਾਂਭ ਲੂ ਅੱਗੇ ਕੀ ਹੁੰਦਾ ਹੈਗਾ। ਜੇ ਕੋਈ ਗੱਲਬਾਤ ਹੋ ਗਈ ਮੈਂ ਤਾਂ ਬੋਰਡਰ ਲੱਗੀ। ਉਹ ਕੁਝ ਗੱਲ ਨਹੀਂ ਹੁੰਦੀ ਹੈਗੀ, ਤੂੰ ਐਵੇਂ ਟੈਨਸ਼ਨ ਲੈ ਰੱਖੀ ਹੈਗੀ। ਚੱਲ ਠੀਕ ਹੈ, ਫਿਰ ਕਦੋਂ ਤੇ ਕਿੱਥੇ ਜਾਣਾ, ਕਰਨਾ ਕੀ ਪਊਗਾ? ਤੈਨੂੰ ਕਹਤਾ ਪਰ ਰਾਤ ਨੂੰ, ਅੱਜੇ ਭਾ ਚੱਲਦੇ ਆ। ਕਿੱਥੇ ਆਵਾਂ ਮੈਂ, ਤੈਨੂੰ ਪਤਾ ਸਾਡੇ ਘਰ ਦਾ ਕੋਈ ਫੋਨ ਵੀ ਨਹੀਂ ਆ ਗਿਆ। ਤੂੰ ਨਾ ਪਿੰਡ ਦੀ ਬਾਹਰਲੀ ਫਿਰਨੀ ਤੇ ਆ ਜੀ। ਚੱਲ ਠੀਕ ਆ, ਫਿਰ ਰਾਤ ਨੂੰ ਮਿਲਦੇ, ਕਿੰਨੇ ਵਜੇ? ਤੂੰ 9-10 ਵਜੇ ਆ ਜੀ, ਇੱਕ ਟਾਈਮ ਜਾਂ 9 ਜਾਂ 10 ਵਜੇ ਆ ਜੀ। ਚੱਲ ਠੀਕ ਆ, ਹੁਣ ਮੈਂ ਘਰੇ ਵੇਟ ਕਰਦੀ, ਮੈਂ ਜਾਣੀ। ਪੱਕੀ ਰਹੀ ਹੁਣ? ਹਾਂਜੀ, ਕਿਵੇਂ ਲੱਗੀ ਵੀਡੀਓ? ਤੁਹਾਨੂੰ ਉਮੀਦ ਕਰਦਾ ਕਿ ਵਧੀਆ ਲੱਗੀ ਹੋਊਗੀ, ਤੇ ਇੱਦਾਂ ਦੇ ਘੈਂਟ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ। ਜਿੰਨੇ ਤੁਸੀਂ ਕਮੈਂਟ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ, ਹੈ ਨਾ? ਤੁਸੀਂ ਆਪ ਹੀ ਦੱਸੋਗੇ ਵੀ ਕਿਹਦੀ ਆਈਟਮ ਤੁਹਾਨੂੰ ਵਧੀਆ ਲੱਗਦੀ ਹੈ, ਤੁਸੀਂ ਉਹਦੇ ਨਾਲ ਲੈ ਜਾਇਆ ਕਰੋ ਵੀ ਜਿਹਦੀ ਆਈਟਮ ਵਧੀਆ ਲੱਗਦੀ ਹੈ, ਹੈ ਨਾ? ਸਾਨੂੰ ਹੌਸਲਾ ਮਿਲਦਾ ਹੈਗਾ ਤੁਸੀਂ ਜਦੋਂ ਵੀ ਨਾਲ ਲੈਂਦੇ ਕਿਸੇ ਦਾ, ਠੀਕ ਹੈ? ਤੇ ਬਾਕੀ ਹੁਣ ਅਸੀਂ ਪਹਿਲੇ 10 ਕਮੈਂਟ ਬੋਲਣ ਲੱਗੇ ਜੀ। ਲੈ ਵੀ ਹੁਣ ਕਮੈਂਟ ਬੋਲਣ ਲੱਗੇ ਆਪਾਂ। ਸਤਨਾਮ ਸਿੰਘ, ਨਿੱਕਾ ਸਿੰਘ, ਗੁਰਜੀਤ ਸਿੰਘ, ਕਮਲਜੀਤ ਕੌਰ, ਗੋਗਾ ਸਿੰਘ, ਸਰਬਜੀਤ ਬਰਾੜ, ਜੋਬਨ, ਮੀਟੂ ਰਾਏ, ਗੁਰਸਿਮਰਨ ਗਿੱਲ, ਪ੍ਰਦੀਪ ਸਿੰਘ। ਇਹ ਸੀ ਪਹਿਲੇ 10 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਕਰੇ ਸੀਗੇ, ਤੇ ਇੱਦਾਂ ਹੀ ਘੈਂਟ ਘੈਂਟ ਕਮੈਂਟ ਤੁਸੀਂ ਕਰਦੇ ਰਹੋ, ਤੇ ਅਸੀਂ ਵੀ ਘੈਂਟ ਘੈਂਟ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਤੇ ਗਰਮੀ ਬਹੁਤਾ ਪਈ, ਤੁਹਾਨੂੰ ਪਤਾ ਕਿੰਨੀ ਮਿਹਨਤ ਲੱਗਦੀ ਵੀਡੀਓ ਬਣਾਉਣ ਦੀ, ਤੇ ਸਪੋਰਟ ਕਰਨਾ ਨਾ ਭੁੱਲਿਆ ਕਰੋ ਬਈ। ਲਵ ਯੂ ਆਲ, ਮਿਲਦੇ ਹਾਂ ਇਹਦੇ ਅਗਲੇ ਵਾਰ ਦੇ।